ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ, ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਮੈਂ ਤੁਹਾਡੇ ਰੂਬਰੂ ਹੁਣ ਟਿਊਜ਼ਡੇ, ਵੈਂਸਡੇ, ਥਰਸਡੇ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ। ਦਰਸ਼ਕੋ, ਕੱਲ੍ਹ ਆਪਣੇ ਨਾਲ ਜੁੜੇ ਹੋਏ ਸੀ ਮਾਨਯੋਗ ਸਰਦਾਰ ਗੁਰਮੀਤ ਸਿੰਘ ਕੁੰਨਰ, ਬਹੁਤ ਸੋਹਣਾ ਐਲੈਬਰੇਸ਼ਨ ਉਹਨਾਂ ਨੇ ਕੀਤਾ ਹਰ ਮੁੱਦਿਆਂ 'ਤੇ ਜਿਹੜੇ ਪੱਖਦੇ ਮੁੱਦੇ ਉਸ ਏਰੀਏ ਦੇ ਸੀਗੇ। ਅੱਜ ਆਪਾਂ ਸਾਰ ਤੋਂ ਪਹਿਲਾਂ ਦਰਸ਼ਕੋ ਸਿਜਦਾ ਕਰਦੇ ਹਾਂ ਬੰਦਾ ਸਿੰਘ ਬਹਾਦਰ ਨੂੰ, ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਵੱਲੋਂ ਲੜੀ ਗਈ ਹੱਕ ਅਤੇ ਸੱਚ ਦੀ ਲੜਾਈ। ਅੱਜ ਵੀ ਕਿਸਾਨ ਜਿਹੜੇ ਆ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਦਵਾਇਆ ਗਿਆ ਹੱਕ ਹੈ, ਉਸ ਹੱਕ ਲਈ ਅੱਜ ਵੀ ਲੜ ਰਹੇ ਹਾਂ। ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਜਿੱਤ ਪ੍ਰਾਪਤ ਹੋਵੇ। ਅਤੇ ਅਗੇਨ ਸਾਰੀ ਨਾਨਕ ਨਾਮਲੇਵਾ ਸੰਗਤ ਅਤੇ ਸਾਰੇ ਆਪਾਂ ਜਿਹੜੇ ਪ੍ਰਾਣੀ ਹੈ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੂੰ ਸਿਜਦਾ ਕਰਦੇ ਹਾਂ। ਦਰਸ਼ਕੋ, ਅੱਜ ਬਹੁਤ ਚੀਜ਼ਾਂ ਨੇ ਜਿਹੜੀਆਂ ਕਵਰ ਕਰਨ ਵਾਲੀਆਂ ਨੇ। ਯੂਪੀ ਦੇ ਕਾਂਗਰਸ ਦਿੱਗਜ ਨੇਤਾ ਜਿਹੜੇ ਜਿਤਨ ਪ੍ਰਸਾਦ, ਉਹ ਕਾਂਗਰਸ ਛੱਡ ਕੇ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਬੜੇ ਕਿਆ ਸਰਾਈਆਂ ਨੇ ਉਹਦੇ ਉਸ ਬਾਰੇ ਵੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇੱਕ ਅਸਾਮ ਦੇ ਵਿੱਚ ਇੱਕ ਬਹੂ ਆਪਦੇ ਸਸੁਰ ਨੂੰ ਜੋ ਹੈ 1 ਨਹੀਂ 2 ਕਿਲੋਮੀਟਰ ਆਪਦੇ ਕਨੇੜੇ ਚੱਕ ਕੇ, ਯਾਨੀ ਕਿ ਪਿੱਠ 'ਤੇ ਚੱਕ ਕੇ ਡਾਕਟਰ ਦੇ ਲੈ ਕੇ ਗਈ। ਉੱਥੇ ਮੈਨੂੰ ਦੰਗਲ ਫਿਲਮ ਦੇ ਡਾਇਲੋਗ ਯਾਦ ਆ ਗਏ ਕਿ ਬੇਟੀਆਂ ਹਮਾਰੀ ਬੇਟੀਆਂ ਕਿਆ ਕਮ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਰਾਜਸਥਾਨ ਸਰਕਾਰ ਦੇ ਵਿੱਚ ਸਿਆਸੀ ਡੈਮੇਜ ਜਿਹੜਾ ਹੋਇਆ ਸੀ ਉਹਨੂੰ ਕੰਟਰੋਲ ਕਰਨ ਦੀ ਕਵਾਇਦ ਲਗਾਤਾਰ ਜਾਰੀ ਹੈ। ਸੁਣਨ ਨੂੰ ਤਾਂ ਇਹ ਵੀ ਆ ਰਿਹਾ ਕਿ ਸਚਿਨ ਪਾਇਲਟ ਦੇ ਖੇਮੇ 'ਚੋਂ 2-3 ਵਿਧਾਇਕਾਂ ਨੂੰ ਛੇਤੀ ਹੀ ਮੰਤਰੀ ਬਣਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦਰਸ਼ਕੋ ਕਿ ਮੁੰਬਈ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ, ਪਰ ਉਸ ਤੋਂ ਬਾਅਦ ਅਕੋਰਡਿੰਗ ਟੂ BMC ਕਮਿਸ਼ਨਰ ਐਵਰੀਥਿੰਗ ਇਜ਼ ਅੰਡਰ ਕੰਟਰੋਲ। ਭਾਰੀ ਬਾਰਿਸ਼ ਹੋ ਰਹੀ ਹੈ, ਜਨਜੀਵਨ ਥੋੜ੍ਹਾ ਅਸਤ ਵਿਅਸਤ ਜ਼ਰੂਰ ਹੋਇਆ, ਪਰ ਸੋ ਫਾਰ ਐਵਰੀਥਿੰਗ ਅੰਡਰ ਕੰਟਰੋਲ। ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਸੈਂਟਰਲ ਗੌਰਮੈਂਟ ਆ ਉਹ ਕਿਤੇ ਨਾ ਕਿਤੇ ਆਪਣੀ ਜਿਹੜੀ ਹੈਗੀ ਆ ਟਵਿੱਟਰ ਜਿਹੜਾ ਉਹਦੇ ਨਾਲ ਜੋ ਉਹਨਾਂ ਦਾ 36 ਦਾ ਅੰਕੜਾ ਚੱਲ ਰਿਹਾ ਸੀ ਉਹਦੇ ਨਾਲ ਕਿਸੇ ਨਾ ਕਿਤੇ ਰਾਜ਼ੀਨਾਮਾ ਹੋ ਗਿਆ। ਟਵਿੱਟਰ ਨੇ ਵੀ ਉੱਥੇ ਦਿੱਲੀ ਅਤੇ ਗੁੜਗਾਉਂ ਦੇ ਵਿੱਚ ਆਪਣੇ ਜਿਹੜੇ ਆਫਿਸ ਹੈ ਉੱਥੋਂ ਦੇ ਜਿਹੜੇ ਜ਼ਿੰਮੇਵਾਰ ਆਫਿਸਰਸ ਨੂੰ ਜਿਹੜੀਆਂ ਗਾਈਡਲਾਈਨ ਸਮਝਾ ਦਿੱਤੀਆਂ ਨੇ, ਅਤੇ ਹਰ ਚੀਜ਼ ਕਾਇਦੇ 'ਤੇ ਰਹਿ ਕੇ ਉੱਤੇ ਟਵਿੱਟਰ ਜਿਹੜਾ ਉੱਥੇ ਕੰਮ ਕਰੇਗਾ। ਦਰਸ਼ਕੋ, ਇਹਨਾਂ ਸਾਰੀਆਂ ਖਬਰਾਂ ਤਾਂ ਆਪਾਂ 24 ਘੰਟਿਆਂ ਦੇ ਵਿੱਚ ਜਿਹੜੀਆਂ ਪਿਛਲੇ 3 ਜਾਂ 4 ਘੰਟਿਆਂ 'ਚ ਅਪਡੇਟ ਹੋਈਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੀ ਵੈਕਸੀਨ ਨੂੰ ਲੈ ਕੇ, ਕੋਵੈਕਸੀਨ ਦੇ 40,000 ਡੋਜ਼ਿਸ ਔਰਡਰ ਕੀਤੇ ਗਏ ਸੀ, ਉਹ ਆਏ। ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜੋ ਹੈ ਉਹਨਾਂ ਨੂੰ ਪ੍ਰਾਈਵੇਟ ਹੋਸਪਿਟਲਾਂ ਨੂੰ ਦੇ ਦਿੱਤਾ ਜਾਣਾ, ਸਮਝ ਨਹੀਂ ਆਈ ਗੱਲ ਦੀ। ਫਿਰ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ 1,000 ਪ੍ਰਤੀ ਡੋਜ਼ ਦੇ ਪ੍ਰਤੀ ਚਾਰਜ ਕੀਤਾ ਗਿਆ ਸੀਗਾ। ਔਰ ਫਿਰ ਹੈਲਥ ਮਿਨਿਸਟਰ ਜਿਹੜੇ ਸਵਾਸਥ ਮੰਤਰੀ ਹੈ ਸਰਦਾਰ ਬਲਬੀਰ ਸਿੰਘ ਸਿੱਧੂ ਵੱਲੋਂ ਬਿਆਨ ਹੋਣਾ ਕਿ ਅਸੀਂ ਇਸ ਚੀਜ਼ ਦੀ ਇਨਕੁਆਇਰੀ ਕਰਾਵਾਂਗੇ, ਅਤੇ ਫਿਰ ਪਤਾ ਲੱਗਾ ਕਿ ਜਿਹੜੀ ਹੋਸਪਿਟਲਾਂ ਤੋਂ ਉਹ ਕੋਵੈਕਸਿਨ ਵਾਪਸ ਲੈ ਲਈ ਗਈ ਹੈ। ਪੂਰੀ ਸੱਚਾਈ ਕੀ ਹੈ? ਉਸ ਤੋਂ ਬਾਅਦ ਜੋ ਮੰਦਭਾਗੀ ਘਟਨਾਵਾਂ ਮਦੁਰਾਈ, ਤਮਿਲਨਾਡੂ ਦੇ ਵਿੱਚ ਅਤੇ ਮੁੰਬਈ ਦੇ ਵਿੱਚ ਵਾਪਰੀਆਂ ਕਿ ਆਪਣੀਆਂ ਕੁੜੀਆਂ, ਆਪਣੀਆਂ ਧੀਆਂ ਭੈਣਾਂ ਜਿਹੜਾ ਡਰੱਗਸ ਨੂੰ ਲੈ ਕੇ ਮੌਤ ਦੇ ਮੂੰਹ 'ਚ ਜਾ ਰਹੀਆਂ ਨੇ, ਜਾਂ ਅਡਿਕਸ਼ਨ ਡਰੱਗਸ ਨੂੰ ਲੈ ਕੇ ਜ਼ਿਆਦਾ ਹੋ ਰਿਹਾ, ਇਹਨਾਂ 2-3 ਚੀਜ਼ਾਂ ਬਾਰੇ ਝਾਤ ਪਾਵਾਂਗੇ। ਇਸ ਦੇ ਉੱਤੇ ਚਾਨਣਾ ਪਾਉਣ ਲਈ ਆਪਣੇ ਨਾਲ ਮੁਐਜ਼ਜ਼ ਮਹਿਮਾਨ, ਆਪਣੇ ਸਪੈਸ਼ਲ ਗੈਸਟ ਪਟਿਆਲਾ ਤੋਂ ਆਪਣੇ ਨਾਲ ਜੁੜ ਗਏ ਨੇ। ਮੇਰੇ ਕਹਿਣ ਤੋਂ ਭਾਵ ਸਾਡੇ ਮਾਣਯੋਗ ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਆਪਣੇ ਨਾਲ ਜੁੜ ਗਏ ਨੇ। ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਅਤੇ ਉਸ ਤੋਂ ਬਾਅਦ ਕੁਐਸਚਨਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸਵਾਗਤ ਜੀ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਫਿਰ ਸਵਾਗਤ ਇਸ ਓਪਨ ਪਲੇਟਫਾਰਮ ਅਤੇ ਜਸ ਪੰਜਾਬੀ ਦੇ ਮੰਚ 'ਤੇ। ਡਾਕਟਰ ਸਾਹਿਬ, ਆਪਾਂ ਮੁੱਦੇ ਤੇ ਜਾਂਦੇ ਹਾਂ, ਵਕਤ ਬਾਅਦ ਦੇ ਵਿੱਚ ਬਹੁਤ ਥੋੜਾ ਰਹਿ ਜਾਂਦਾ ਹੈ। ਅਸੀਂ ਕਿਸੇ ਤੇ ਉਂਗਲਾ ਨਹੀਂ ਚੱਕ ਰਹੇ ਕਿਉਂਕਿ ਸਾਡੇ ਕੋਲ ਕੋਈ ਠੋਸ ਪ੍ਰਮਾਣ ਨਹੀਂ ਹੈ, ਪਰ ਤੁਹਾਨੂੰ ਉੱਥੇ ਬੈਠਿਆਂ ਨੂੰ ਪਤਾ ਹੋਏਗਾ ਕਿ ਜਿਹੜੀ ਕੋਵੈਕਸਿਨ ਦਾ ਔਰਡਰ, ਕੋਈ ਕਹਿੰਦਾ ਕਿ 40,000 ਡੋਜ਼ਸ ਦਾ ਔਰਡਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਉਹਨਾਂ ਨੂੰ ਪ੍ਰਾਈਵੇਟ ਹੋਸਪਿਟਲਸ ਨੂੰ ਦੇ ਦਿੱਤਾ ਗਿਆ, ਉਸ ਤੋਂ ਬਾਅਦ ਪਤਾ ਲੱਗਿਆ ਕਿ 1,000 ਪ੍ਰਤੀ ਡੋਜ਼ ਪਿੱਛੇ ਚਾਰਜ ਕੀਤਾ ਗਿਆ ਸੀਗਾ, ਪਿੱਛੋਂ ਸਸਤੀਆਂ ਲਈਆਂ ਗਈਆਂ ਸੀ। ਉਸ ਤੋਂ ਬਾਅਦ ਜੋ
ਬਿਆਨ ਆਉਣੇ ਇੱਕ ਦੂਜੇ ਦੇ ਪ੍ਰਤੀ, ਇਹਦੇ ਵਿੱਚ ਸੋ ਫਾਰ ਸੱਚਾਈ ਕੀ ਜਾਪਦੀ ਹੈ? ਜੀ ਬਿਲਕੁਲ, ਦਰਅਸਲ ਗੱਲ ਇਹ ਸੀ ਕਿ ਉਸ ਸਮੇਂ ਜੋ ਅਸੀਂ ਦੇਖਿਆ ਸੀ ਕਿ ਖਬਰਾਂ ਛਪੀਆਂ ਕਿ ਇਹ ਟੀਕਾ ਉਹਨਾਂ ਨੇ ਅਸਲ ਵਿੱਚ ਪ੍ਰਾਈਵੇਟ ਹਸਪੀਟਲਸ ਨੂੰ ਦੇ ਦਿੱਤਾ, ਫਿਰ ਪ੍ਰਾਈਵੇਟ ਹਸਪੀਟਲਸ ਵੱਲੋਂ ਐਡਵਰਟਾਈਜ਼ਮੈਂਟ ਆਈ ਕਿ ਹਾਂਜੀ ਇਹ ਸਾਡੇ ਕੋਲ ਟੀਕਾ ਅਵੇਲੇਬਲ ਹੈ, ਤੁਸੀਂ ਇਸ ਰੇਟ ਤੇ ਲਵਾ ਸਕਦੇ ਹੋ। ਫਿਰ ਇੱਕ ਮੁੱਦਾ ਉੱਠਿਆ ਵਿਰੋਧੀ ਧਿਰਾਂ ਵੱਲੋਂ ਕਿ ਇਹ ਬਿਲਕੁਲ ਗਲਤ ਗੱਲ ਹੈ, ਤੁਸੀਂ 3 ਗੁਣਾ ਰੇਟ ਤੇ ਵੇਚ ਰਹੇ ਹੋ, ਇਹਨੂੰ ਵਾਪਸ ਲੈਣਾ ਚਾਹੀਦਾ। ਸੋ ਉਹ ਮੁੱਦਾ ਉੱਠਿਆ। ਫਿਰ ਸੈਂਟਰਲ ਗਵਰਨਮੈਂਟ ਵੱਲੋਂ ਇਨਕੁਆਇਰੀ ਮਾਰਕ ਦੀ ਗੱਲ ਕੀਤੀ ਗਈ ਕਿ ਇਹ ਕਿਉਂ ਆਖਰ ਕਿਉਂ ਵੇਚਿਆ ਗਿਆ, ਜੋ ਕਿ ਆਮ ਲੋਕਾਂ ਲਈ ਫ੍ਰੀ ਡਿਸਟ੍ਰੀਬਿਊਸ਼ਨ ਲਈ ਸੀ ਉਹਨਾਂ ਨੂੰ ਲੱਗਣ ਲਈ। ਤਾਂ ਫਿਰ ਪੰਜਾਬ ਗਵਰਨਮੈਂਟ ਵੱਲੋਂ ਸਟੇਟਮੈਂਟ ਆਈ ਕਿ ਉਹਨਾਂ ਨੇ ਅਖੀਰ ਇਹ ਟੀਕਾ ਵਾਪਸ ਖਰੀਦ ਲਿਆ, ਯਾਨੀ ਚੁੱਕ ਲਿਆ, ਖਰੀਦਿਆ ਤਾਂ ਨਹੀਂ, ਚੁੱਕ ਲਿਆ ਉਹਨਾਂ ਨੇ ਹਸਪੀਟਲ ਪ੍ਰਾਈਵੇਟਸ ਨੂੰ ਜਿਨ੍ਹਾਂ ਨੂੰ ਇਹ ਦਿੱਤੇ ਹੋਏ ਸਨ। ਸੋ ਇਸ ਤਰੀਕੇ ਦਾ ਪੂਰਾ ਸਰਕਲ ਜੋ ਸਾਨੂੰ ਸਪਸ਼ਟ ਕਰ ਦਿੰਦਾ ਕਿ ਟੀਕੇ ਆਏ ਵੀ, ਵਿਕੇ ਵੀ, ਕਿਸ ਦੇ ਕਹਿਣ ਤੇ ਵਿਕੇ, ਇਹ ਸਾਡੇ ਜੋ ਉਸ ਸਮੇਂ ਸਾਨੂੰ ਪਤਾ, ਜੋ ਖਬਰਾਂ ਹੀ ਛਪੀਆਂ ਨੇ ਕਿ ਸਾਡੇ ਸਿਹਤ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ, ਮੇਰੇ ਕੋਲ ਮੇਰਾ ਅਖਤਿਆਰ ਹੀ ਨਹੀਂ ਹੈ। ਇਹਦਾ ਮਤਲਬ ਹੈ ਕੁਛ ਉੱਪਰਲੀ ਪੱਧਰ ਤੇ ਹੀ ਕਰਨ ਵਾਲੇ ਸਨ ਜਿਨ੍ਹਾਂ ਨੇ ਆਪਣੇ ਪੱਧਰ ਤੇ ਇਹ ਲਏ, ਕਿੰਨਾ ਉਸ ਚੋਂ ਪੈਸਾ ਕਿੱਥੇ ਗਿਆ, ਲੱਗਿਆ ਸਰਕਾਰੀ ਖਜ਼ਾਨੇ 'ਚ ਗਿਆ ਜਾਂ ਕਿਤੇ ਰਫਾ ਦਫਾ ਹੋ ਗਿਆ, ਕਿਉਂਕਿ ਕੋਈ ਇੱਕ ਅੱਧ ਤਾਂ ਇੱਥੇ ਚੱਲਦੇ ਨਹੀਂ ਪਏ। ਸਾਨੂੰ ਪਤਾ ਹੈ ਕਿ ਜੇ ਜ਼ਮੀਨਾਂ ਵਿਕੀਆਂ ਸਰਕਾਰੀ, ਉਹ ਵੀ ਪਤਾ ਕੀ ਹੋਇਆ, ਜਿਸ ਤਰੀਕੇ ਇਹ ਟੀਕਿਆਂ ਦਾ ਹੁਣ ਕੰਮ ਸਮਝ ਆਇਆ ਸਾਡਾ, ਇਸੇ ਤਰ੍ਹਾਂ ਮਾਫੀਆ ਸਾਡੇ ਕੋਲ ਮਾਈਨਿੰਗ, ਰੇਤਾ, ਬਜਰੀ, ਬੇਹਿਸਾਬਾ ਜਿਹਦਾ ਦਿਖ ਹੀ ਰਿਹਾ ਕੀ ਚੱਲ ਰਿਹਾ, ਬਿਲਕੁਲ ਇਸੇ ਤਰ੍ਹਾਂ ਸ਼ਰਾਬ ਮਾਫੀਆ, ਫਿਰ ਕੇਬਲ ਮਾਫੀਆ, ਫਿਰ ਸੈਕਸ ਰੈਕਟ ਮਾਫੀਆ, ਯਾਨੀ ਕੋਈ ਹੱਦ ਹਿਸਾਬ ਤਾਂ ਛੱਡਿਆ ਨਹੀਂ ਹੋਇਆ ਜਿੱਥੇ ਇਹ ਚੁਫੇਰਿਓ ਜੱਫਾ ਪਾਇਆ ਗਿਆ। ਮੈਂ ਤੁਹਾਡੇ ਨਾਲ ਪਹਿਲਾਂ ਵੀ ਉਹੀ ਜ਼ਿਕਰ ਕੀਤਾ ਸੀ, ਅੱਜ ਵੀ ਸਾਰੇ ਸਰੋਤਿਆਂ ਨਾਲ ਜੋ ਸੂਝਵਾਨ ਨੇ ਇਹੀ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪਹਿਲਾਂ ਹੁੰਦਾ ਸੀ ਕਮਿਸ਼ਨ ਦਾ ਸਿਸਟਮ ਕਿ ਕਮਿਸ਼ਨ ਇੰਨੇ ਪਰਸੈਂਟ ਖਾਧੀ ਜਾ ਰਹੀ ਹੈ। ਅਫਸੋਸ ਇਸ ਵੇਲੇ ਪੰਜਾਬ ਖਾਧਾ ਜਾ ਰਿਹਾ ਹੈ, ਪੰਜਾਬ ਦੇ ਸਰੋਤ ਖਾਧੇ ਜਾ ਰਹੇ ਨੇ। ਹੁਣ ਜੇ ਜ਼ਮੀਨਾਂ ਬਚੀਆਂ ਨਹੀਂ, ਧਰਤੀ ਬਚੀ ਨਹੀਂ, ਰੇਤਾ ਨਹੀਂ ਬਚਿਆ, ਬਜਰੀ ਨਹੀਂ ਬਚੀ, ਕੁਝ ਵੀ ਨਹੀਂ ਬਚਿਆ, ਤਾਂ ਹੁਣ ਫਿਰ ਇਹੋ ਜੇ ਯਾਨੀ ਮੌਕੇ ਲੱਭੇ ਜਾਣ ਲੱਗ ਪਏ, ਕਿਤੋਂ ਵੀ ਹੋ ਸਕਦਾ ਅਸੀਂ ਆਪਣੇ ਖਜ਼ਾਨੇ ਭਰ ਲਈਏ, ਆਪਣੇ ਘਰ ਭਰ ਲਈਏ। ਇਹ ਬਹੁਤ ਮਾੜੀ ਸੋਚ, ਇਹਦਾ ਮਤਲਬ ਹੁੰਦਾ ਨਿਗਾਰ ਦੀ ਅੱਤ ਹੋ ਗਈ ਹੈ। ਤੇ ਫਿਰ ਉੱਪਰੋਂ ਅਸੀਂ ਜਦੋਂ ਜੁਮਲੇਬਾਜ਼ੀ ਦੇ ਸ਼ਿਕਾਰ ਹੁੰਦੇ ਹਾਂ ਜੀ 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 ਕਿ ਇਹ ਅਸੀਂ ਬਹੁਤ ਕੁਛ ਕੀਤਾ, ਭਾਜੀ ਦੇਖੋ ਜਿਸਨੇ ਕੰਮ ਕੀਤਾ ਹੁੰਦਾ ਉਹਨੂੰ ਕਦੇ ਰੌਲਾ ਪਾਉਣ ਦੀ ਲੋੜ ਪਈ ਜੇ, ਆਪੇ ਹੀ ਦੱਸੋ ਦਾ ਕੰਮ ਬੋਲਦਾ, ਕੰਮ ਬੋਲਦਾ ਜੀ, ਬਿਲਕੁਲ ਬਿਲਕੁਲ ਸਹੀ ਗੱਲ। ਜਿਸਨੇ ਕੰਮ ਕੀਤਾ ਨਹੀਂ, ਫਿਰ ਉਹਨੂੰ ਖਰਬਾਂ ਰੁਪਏ ਲਾਣੇ ਪੈਂਦੇ ਨੇ ਇਸ਼ਤਿਹਾਰਬਾਜ਼ੀ ਤੇ, 6-6 ਮਹੀਨੇ ਰੋਜ਼ ਦੇ ਲੱਖਾਂ ਰੁਪਏ ਲਾ ਕੇ ਕਿ ਮੈਂ ਇਹ ਕੀਤਾ, ਮੈਂ ਇਹ ਕੀਤਾ, ਕਿਉਂਕਿ ਅਸੀਂ ਮੰਨਦੇ ਹਾਂ ਸਾਈਕੋਲੋਜੀਕਲੀ 100 ਵਾਰ ਇੱਕ ਝੂਠ ਬੋਲਦੇ ਹੋ ਤੇ ਸੱਚ ਹੀ ਲੱਗਣ ਲੱਗ ਜਾਂਦਾ। ਸੋ ਉਹੀ ਅਸਰ ਉਸੇ ਦਾ ਵਰਤਦੇ ਹਾਂ ਕਿ ਹੁਣ ਸਮਾਂ ਆ ਗਿਆ ਤੇ ਕੰਮ ਅਸੀਂ ਕੀਤਾ ਨਹੀਂ ਤਾਂ ਜੁਮਲੇਬਾਜ਼ੀ ਸ਼ੁਰੂ ਕਰ ਦਈਏ। ਸੋ ਹਰ ਜਣਾ ਆਪਣੀ ਪੂਰੀ ਜ਼ੋਰ ਸ਼ੋਰ ਨਾਲ ਪੂਰੇ ਉਹ ਸ਼ੁਰੂ ਹੋ ਚੁੱਕੇ ਹੋਏ ਨੇ ਕਿ ਜਿਹੜਾ ਪੈਸਾ ਲੋਕਾਂ ਲਈ ਲੱਗਣਾ ਚਾਹੀਦਾ ਸੀ ਉਹ ਆਪਣੀ ਵਡਿਆਈ ਕਰਨ ਉੱਤੇ ਲਾ ਦਿੱਤਾ ਜਾਏ। ਜੀ 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 ਡਾਕਟਰ ਸਾਹਿਬ, ਪਰ ਇਹਦੇ ਵਿੱਚ ਇੱਕ ਇਹ ਐਂਗਲ ਆਇਆ ਸੀਗਾ ਡਾਕਟਰ ਸਾਹਿਬ ਕਿ ਹੈਲਥ ਮਿਨਿਸਟਰ ਮਾਨਯੋਗ ਸਰਦਾਰ ਬਲਬੀਰ ਸਿੰਘ ਸਿੱਧੂ ਵੱਲੋਂ ਕਿ ਮੈਂ ਇਨਕੁਆਇਰੀ ਕਰਾਵਾਂਗਾ, ਐਜ਼ ਆਫ ਨੋ ਕਿ ਉਹਨਾਂ ਨੇ ਕਿਹਾ ਇਨਕੁਆਇਰੀ ਕਰਾਵਾਂਗਾ, ਐਟ ਦ ਸੇਮ ਟਾਈਮ ਉਹ ਵਾਪਸ ਲੈ ਲਏ ਗਏ ਟੀਕੇ। ਇਨਕੁਆਇਰੀ ਕਰਾਵਾਂਗਾ ਮਤਲਬ ਕਿ ਜੋ ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ, ਇਹਦਾ ਮਤਲਬ ਉਹਨਾਂ ਦੇ ਅਖਤਿਆਰ ਦੇ ਵਿੱਚ, ਉਹਨਾਂ ਦੀ ਨੌਲੇਜ ਵਿੱਚ ਇਹ ਸਭ ਕੁਛ ਨਹੀਂ ਸੀਗਾ ਜੀ? ਲੱਗਦਾ ਇਸ ਲਹਿਜ਼ੇ ਤੋਂ ਇਸੇ ਤਰ੍ਹਾਂ ਹੀ ਹੈ ਕਿ ਉਹਨਾਂ ਦੀ ਅਖਤਿਆਰ ਵਿੱਚ ਇਹ ਖਰੀਦ ਜਦੋਂ ਹੋਈ ਨਹੀਂ ਸੀ ਤੇ ਅੱਗੋਂ ਖਰੀਦ ਤੋਂ ਬਾਅਦ ਵੀ ਜਦੋਂ ਇਹ ਅੱਗੇ ਤੋਰੇ ਗਏ ਤਾਂ ਉਹਨਾਂ ਦੇ ਮਹਿਕਮੇ ਤੋਂ ਪੁੱਛਿਆ ਨਹੀਂ ਗਿਆ। ਜ਼ਾਰੇ ਉਹਨਾਂ ਦੇ ਹੇਠਲੀ ਪੱਧਰ ਤੇ ਇਹੋ ਜਿਹਾ ਕੰਮ ਨਹੀਂ ਕਰ ਸਕਦੇ। ਸੋ ਉੱਪਰਲੀ ਪੱਧਰ ਤੇ ਅਸੀਂ ਸੋਚ ਹੀ ਸਕਦੇ ਹਾਂ ਕਿਹੜੇ ਕਿਹੜੇ ਹਨ ਜਿਨ੍ਹਾਂ ਨੇ ਇਹ ਡਾਇਰੈਕਟ ਇਨਵੋਲਵਮੈਂਟ ਨਾਲ ਕੀਤੀ ਹੋਏਗੀ ਗੱਲ, ਜਿਹਦੇ ਵਿੱਚ ਇੱਕ ਮੁੱਖ ਰੋਲ ਆਉਂਦਾ ਜੇ ਕਿਸੇ ਵੀ ਪੱਧਰ ਤੇ ਭਾਵੇਂ ਹੋਣ, ਪਰ ਕਈ ਸਕੱਤਰਾਂ ਤੇ ਉਂਗਲ ਚੁੱਕੀ ਗਈ ਜੋ ਕਿ ਇਹ ਵਿਰੋਧੀ ਪਾਰਟੀਆਂ ਨੇ ਚੁੱਕੀ। ਮੈਂ ਦੇਖੋ ਉਸ ਮਸਲੇ ਦੇ ਅੰਦਰ ਬੈਠੀ ਨਹੀਂ ਹਾਂ, ਨਾ ਉਸ ਪਾਰਟੀ ਦੇ ਮੈਂਬਰ ਹਾਂ, ਪਰ ਕਿਉਂਕਿ ਵਿਰੋਧੀ ਪਾਰਟੀਆਂ ਨੇ ਇਸ ਮਸਲੇ ਵਿੱਚ ਬੜੀ ਜ਼ੋਰਦਾਰ ਕਾਰਵਾਈ ਕਰਦਿਆਂ ਲੱਭਿਆ ਕਿ ਇਹ ਬੰਦੇ ਸਨ ਜਿਹੜੇ ਸਕੱਤਰ ਸਾਹਿਬਾਨ ਵਿੱਚ ਇਨਵੋਲਵਡ, ਸੋ ਹੋ ਸਕਦਾ ਉਸ ਪੱਧਰ ਤੇ ਜਾਂ ਉਸ ਤੋਂ ਵੀ ਉਤਾਂਹ, ਕਿਉਂਕਿ ਇੱਕ ਹੋਰ ਵੀ ਇਸੇ ਤਰ੍ਹਾਂ ਖਬਰ ਚੱਲੀ ਕਿ ਸਿਰਫ ਭਾਰਤ ਅੰਦਰ ਨਹੀਂ, ਇਹ ਭਾਰਤ ਤੋਂ ਬਾਹਰ ਵੀ ਇੱਥੋਂ ਪੈਸੇ ਇਕੱਠੇ ਕਰਕੇ ਭੇਜੇ ਜਾ ਰਹੇ ਨੇ।
ਸੁਰਾਪੀ ਜਾਣਦਾ ਹੈ ਕਿ ਕਿਸ ਪੱਧਰ ਤੱਕ ਦੀ ਲੁੱਟ ਖਸੁੱਟ ਚੱਲ ਰਹੀ ਏ। ਇਹ ਪਤਾ ਤੇ ਤਾਂ ਹੀ ਲੱਗੇਗਾ ਨਾ ਜਦੋਂ ਇਹ ਵਾਰੀ ਬੰਨ ਕੇ ਆਉਂਦੀਆਂ ਤੋਂ ਇਲਾਵਾ ਕੁਝ ਕੋਈ ਹੋਰ ਆਏਗਾ ਜਿਹੜਾ ਦਮ ਰੱਖਦਾ ਹੋਏਗਾ ਕਿ ਮੈਂ ਖੋਲ ਕੇ ਵੇਖਦਾ ਕੀ ਕੁਛ ਪਰਦਾ ਫਾਸ਼ ਕਰਦਾ, ਉਦੋਂ ਹੀ ਇਹ ਸਭ ਕੁਛ ਸਪਸ਼ਟ ਹੋ ਸਕਦਾ ਹੈ। ਜੀ 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 ਡਾਕਟਰ ਸਾਹਿਬ, ਆਪਾਂ ਆਹ ਚੀਜ਼ ਹਲੇ ਸਮੇਟ ਰਹੇ ਹਾਂ, ਗੱਲ ਕਰ ਰਹੇ ਹਾਂ, ਕੋਵੈਕਸਿਨ ਜਾਂ ਡੋਸਿਸ ਜਿਹੜੀਆਂ ਆਉਂਦੀਆਂ ਨੇ ਪ੍ਰਾਈਵੇਟ ਹੋਸਪਿਟਲਾਂ 'ਚ ਚਲੇ ਜਾਂਦੀਆਂ ਨੇ। ਸਿੱਧੂ ਸਾਹਿਬ ਯਾਨੀ ਕਿ ਬਲਬੀਰ ਸਿੰਘ ਸਿੱਧੂ ਦਾ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਦਾ ਬਿਆਨ ਆਉਂਦਾ ਆ ਅਤੇ ਉਸ ਤੋਂ ਬਾਅਦ ਉਹ ਵਾਪਸ ਲੈ ਲਈ ਗਈ ਜਾਈ ਜਾਂਦੀ ਹੈ, ਅਤੇ ਐਟ ਦ ਸੇਮ ਟਾਈਮ ਜਿਹੜੀ ਫਤਿਹ ਕਿੱਟਸ ਆ ਉਹਨਾਂ ਦਾ ਵੀ ਰੌਲਾ ਪੈ ਰਿਹਾ ਥੋੜ੍ਹਾ ਬਹੁਤ। ਆਈ ਡੋਂਟ ਨੋ ਹਾਊ ਦੈਟ ਗੋਜ਼। ਜੀ ਬਿਲਕੁਲ, ਉਹਦੇ ਬਾਰੇ ਵੀ ਵਿਰੋਧੀ ਪਾਰਟੀਆਂ ਨੇ ਬੜੇ ਡਿਟੇਲਡ ਉਹਦੇ ਚ ਕੱਢ ਕੇ ਦੇ ਦਿੱਤਾ ਹੈ। ਸੋ ਮੈਂ ਉਹੀ ਜਿਵੇਂ ਤੁਸੀਂ ਹੈਗੇ ਹੋ ਮੀਡੀਆ ਚ ਬੈਠੇ, ਉਸੇ ਤਰ੍ਹਾਂ ਹੀ ਮੈਂ ਵੀ ਇੱਕ ਜਾਗਰਤੀ ਫੈਲਾਉਣ ਦੀ ਇੱਕ ਕਹਿ ਲਓ ਮੁਹਿੰਮ ਦੇ ਵਿੱਚ ਸ਼ਾਮਿਲ ਹਾਂ। ਸੋ ਸਾਡਾ ਕੰਮ ਹੈ ਕਿ ਜਿਵੇਂ ਖਬਰਾਂ ਨਿੱਤਰ ਕੇ ਬਾਹਰ ਆਉਂਦੀਆਂ ਉਹਨਾਂ ਦੇ ਵਿੱਚੋਂ ਹੀ ਕੱਢ ਕੇ ਸਾਨੂੰ ਦਿਸਦਾ ਵੀ ਇਹ ਮਾੜੀ ਗੱਲ ਹੈ, ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਸਭ ਤੋਂ ਮਾੜੀ ਗੱਲ ਹੁੰਦੀ ਜੇ। ਸੋ ਇਸ ਥਾਂ ਤੇ ਆਵਾਜ਼ ਚੁੱਕਣੀ ਬਣਦੀ ਹੈ ਤਾਂ ਕਿ ਅੱਗੋਂ ਤੋਂ ਘੱਟੋ ਘੱਟ ਨਾ ਹੋਏ, ਨਾਲੇ ਆਪਣੇ ਜਿਉਂਦੇ ਹੋਣ ਦਾ ਸਬੂਤ ਤਾਂ ਦਈਏ ਕਿ ਹਾਂਜੀ ਅਸੀਂ ਜਿਉਂਦੇ ਹਾਂ ਤੇ ਗਲਤ ਨੂੰ ਗਲਤ ਕਹਿਣ ਦਾ ਹਿੰਮਤ ਰੱਖਦੇ ਹਾਂ। ਜੀ ਇਹਦੇ ਵਿੱਚ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਜਿੱਥੇ ਇੱਥੇ ਬੈਠੇ ਹਾਂ ਕਰੀਬ ਕਰੀਬ 60 ਤੋਂ 70% ਲੋਕ ਇੱਦਾਂ ਦੇ ਨੇ ਜਿਨ੍ਹਾਂ ਦੇ ਦੋਨੋਂ ਡੋਜ਼ਾਂ ਲੱਗ ਚੁੱਕੀਆਂ ਨੇ, ਔਰ ਕੋਈ ਕਮੀ ਨਹੀਂ ਹੈ। ਉਹਨਾਂ ਨੇ ਗੌਰਮੈਂਟ ਵੱਲੋਂ ਕਿਹਾ ਗਿਆ ਕਿ ਕੋਈ ਚਾਰਜਿਸ ਨਹੀਂ ਹੈ, ਗੁਰਦੁਆਰਾ ਸਾਹਿਬ ਚਲੇ ਜਾਓ, ਚਰਚਿਸ ਚਲੇ ਜਾਓ, ਕਮਿਊਨਿਟੀ ਸੈਂਟਰਸ ਚਲੇ ਜਾਓ, ਸਿਰਫ ਇੱਕ ID ਦਿਖਾਓ ਅਤੇ ਉਹ ਲਵਾਓ ਆਪਦੀ ਜੋ ਹੈ ਡੋਸਿਸ ਲਗਵਾਓ। ਇਹ ਸਰਕਾਰਾਂ ਮਾਈ ਬਾਪ ਹੁੰਦੀਆਂ ਨੇ, ਉਹਨਾਂ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਐਡੀ ਵੱਡੀ ਮਹਾਂਮਾਰੀ ਗੁਜ਼ਰ ਕੇ ਗਈ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਲੋਕ ਜਿਹੜੀ ਲਹਿਰ ਆ ਉਹ ਉੱਠ ਸਕਦੀ ਸੀਗੀ ਜੇ ਕੰਟਰੋਲ ਨਾ ਕੀਤਾ ਜਾਂਦਾ ਸਮੇਂ ਤੋਂ ਪਹਿਲਾਂ? ਦੇਖੋ ਇਸ ਵੇਲੇ ਸਾਰੇ ਜਾਣਦੇ ਨੇ ਕਿ ਰੁਜ਼ਗਾਰ ਬਹੁਤ ਵੱਡੀ ਗਿਣਤੀ ਲੋਕਾਂ ਦੇ ਖੁੱਸ ਚੁੱਕੇ ਨੇ, ਦੋ ਵੇਲੇ ਦੀ ਰੋਟੀ ਖਾਣੀ ਔਖੀ ਹੋਈ ਪਈ ਹੈ। ਮੈਂ ਇੱਕ ਸਰਕਾਰੀ ਹਸਪਤਾਲ ਵਿੱਚ ਹੁੰਦਿਆਂ ਤਾਂ ਦੱਸ ਰਹੀ ਹਾਂ ਕਿ ਸਾਡੇ ਕੋਲ ਜਿਸ ਹਾਲਾਤ ਵਿੱਚ ਜਿਹੜੇ ਥੋੜੀ ਅਪਰ ਮਿਡਲ ਕਲਾਸ ਵਾਲੇ ਲੋਕ ਵੀ ਆਣੇ ਸ਼ੁਰੂ ਜਦੋਂ ਹੋ ਜਾਣ ਤਾਂ ਪਤਾ ਲੱਗ ਜਾਂਦਾ ਕਿ ਵਾਕਈ ਬਹੁਤ ਬੁਰੇ ਹਾਲਤ ਵਿੱਚ ਲੋਕ ਨੇ। ਇਹੀ ਕਾਰਨ ਹੈ ਕਿ ਹਜੇ ਉਹ ਆਪਣਾ ਹੀ ਘਰ ਬਾਰ ਸਾਂਭਦੇ ਫਿਰਦੇ ਨੇ ਤਾਂ ਦੱਬੀ ਘੁੱਟੀ ਆਵਾਜ਼ ਵਿੱਚ ਗੱਲ ਕਰ ਰਹੇ ਨੇ, ਕੋਈ ਗੱਲ ਨਹੀਂ ਦੱਸਾਂਗੇ। ਸੋ ਇਹ ਦੱਬੀ ਘੁੱਟੀ ਆਵਾਜ਼ ਹੀ ਹੁੰਦੀ ਜੇ ਜਿਹੜੀ ਜਿਵੇਂ ਤੁਸੀਂ ਕਿਹਾ ਵੀ ਮਾਈ ਬਾਪ ਹੁੰਦੇ ਨੇ ਇਹਨਾਂ ਨੂੰ ਸੁਣਨੀ ਚਾਹੀਦੀ ਹੈ ਕਿ ਦੱਬੀ ਕੁੱਟੀ ਆਵਾਜ਼ ਜੇ ਨਾ ਇਸ ਵੇਲੇ ਧਿਆਨ ਦਿੱਤਾ ਗਿਆ ਜੋ ਕਿ ਪੀਸੇ ਬੈਠੇ ਨੇ ਲੋਕ। ਕੇਸਿਸ ਡਾਕਟਰ ਸਾਹਿਬ ਤੁਸੀਂ ਰੋਜ਼ ਦੇਖਦੇ ਹੋ ਹਸਪੀਟਲ 'ਚ ਡਾਊਨ ਜਾ ਰਹੇ ਇੰਡੀਆ ਦੇ ਵਿੱਚ ਹਰੇਕ ਸਟੇਟ 'ਚ, ਪਰ ਡੈਥਸ ਘੱਟ ਨਹੀਂ ਹੋ ਰਹੀਆਂ। ਪਿਛਲੇ 24 ਘੰਟਿਆਂ 'ਚ ਝਾਤ ਮਾਰੀ ਹੈ, ਪੰਜਾਬ ਦੇ ਵਿੱਚ 84 ਡੈਥਸ ਹੋ ਗਈਆਂ ਨੇ, 84 ਡੈਥਸ, ਇਹਦਾ ਕੀ ਕਾਰਨ ਹੈ? ਦੇਖੋ ਜਿਵੇਂ ਮੈਂ ਥੋੜੀ ਜਿਹੀ ਗੱਲ ਪਿਛਲੀ ਕੰਪਲੀਟ ਕਰਕੇ ਫਿਰ ਇਸੇ ਗੱਲ ਤੇ ਆਉਂਦੀ ਹਾਂ ਕਿ ਜਿਵੇਂ ਰੁਜ਼ਗਾਰ ਖੁੱਸੇ ਹੋਏ ਸਨ, ਲੋਕ ਬੁਰੀ ਹਾਲਤ ਵਿੱਚ ਨੇ, ਉਸੇ ਤਰ੍ਹਾਂ ਇੰਨੀ ਵੱਡੀ ਗਿਣਤੀ ਮੌਤਾਂ ਨੇ ਜਿਹੜੇ ਘਰਾਂ ਵਿੱਚ ਅਜੇ ਸੋਗ ਲਹਿਰ ਚੱਲ ਰਹੀ ਹੈ। ਸੋ ਇਹ ਸਾਰਾ ਦੱਬਿਆ ਹੋਇਆ ਜੇ ਪਰ ਇਹ ਰਾਖ ਦੀ ਚਿੰਗਾਰੀ ਬੁੱਝੀ ਨਹੀਂ ਹੋਈ, ਸੋ ਉਸੇ ਸਦਕਾ ਇਹ ਗੁੱਸਾ ਜ਼ਰੂਰ ਇਹ ਲੋਕਾਂ ਚ ਭਰਿਆ ਪਿਆ, ਪਰ ਅਜੇ ਉਹਨਾਂ ਨੂੰ ਪਤਾ ਹੈ ਕਿ ਆਵਾਜ਼ ਕੱਢਦੇ ਸਾਰ ਸਾਨੂੰ ਅੰਦਰ ਤਾੜ ਦਿੰਦੇ ਨੇ ਝੂਠੇ ਕੇਸ ਪਾ ਕੇ। ਸੋ ਚੁੱਪ ਨੇ, ਇਸ ਵਾਰ ਸਮਝ ਗਏ ਨੇ ਕਿ ਸਾਨੂੰ ਆਪਣਾ ਪੂਰਾ ਜ਼ੋਰ ਵੋਟ ਵੇਲੇ ਹੀ ਲਾਣਾ ਚਾਹੀਦਾ, ਅਗਾਂਹ ਪਿਛਾਂ ਬਹੁਤਾ ਆਵਾਜ਼ ਚੁੱਕਣ ਦੀ ਲੋੜ ਹੀ ਨਹੀਂ। ਸੋ ਇੱਕ ਤਾਂ ਇਹ ਡਾਂਗਾਂ ਖਾ ਰਹੇ ਨੇ ਸੜਕਾਂ ਤੇ ਬੇਰੁਜ਼ਗਾਰ, ਉਹ ਅਜੇ ਆਪਣੇ ਰੋਜ਼ੀ ਰੋਟੀ ਵੱਲ ਬਿਜ਼ੀ ਸਨ। ਦੂਸਰੀ ਚੀਜ਼ ਕਿ ਮੌਤਾਂ ਅਜੇ ਵੀ ਵੱਧ ਨੇ। ਦੇਖੋ ਪਹਿਲੀ ਚੀਜ਼, ਸਾਡੇ ਕੋਲ ਵਿਸ਼ਵ ਪੱਧਰੀ ਜੋ ਕਿ ਜਿੱਥੇ ਫ੍ਰੀ ਟ੍ਰੀਟਮੈਂਟ ਵਾਲਾ ਪੂਰਾ ਉਸ ਤਰੀਕੇ ਦਾ ਇੱਕ ਵੀ ਸਾਡੇ ਕੋਲ ਅਫਸੋਸ ਨਾਲ ਕਹਿਣਾ ਪੈ ਰਿਹਾ ਪੂਰੇ ਪੰਜਾਬ ਵਿੱਚ ਹਸਪੀਟਲ ਨਹੀਂ, ਮੈਡੀਕਲ ਕਾਲਜਸ ਗਿਣ ਕੇ 3 ਨੇ ਉਂਗਲਾਂ ਦੇ ਉੱਤੇ ਜਿਹੜੇ ਪ੍ਰੋਪਰ ਤਰੀਕੇ ਚੱਲ ਰਹੇ ਨੇ। ਬੰਦ ਹੋਇਆਂ ਬਾਰੇ ਵੀ ਸਾਨੂੰ ਪਤਾ ਹੈ ਜੋ ਹੋਏ, ਜਦਕਿ ਗੁਆਂਢੀ ਰਾਜ ਹਰਿਆਣੇ ਵਿੱਚ ਸਗੋਂ ਕਈ ਮੈਡੀਕਲ ਕਾਲਜ ਹੋਰ ਨਵੇਂ ਖੁੱਲ ਚੁੱਕੇ ਨੇ। ਸੋ ਉਹਨਾਂ ਵਿੱਚ ਵੀ ਜਿਹੜੀ ਮਹਿੰਗੀਆਂ ਦਵਾਈਆਂ ਨਹੀਂ ਹਨ, ਉਨੀ ਸਾਫ ਸਫਾਈ ਦਾ ਪ੍ਰਬੰਧ ਨਹੀਂ ਹੈ ਜੋ ਕਿ ਆਪ ਵਿਧਾਇਕ ਦਾਖਲ ਹੋ ਕੇ ਰਹਿ ਕੇ ਉਹਨਾਂ ਦੀ ਇਹ ਵਰਸ਼ਨ ਹੈ। ਸੋ ਮਤਲਬ ਇਹ ਹੈ ਕਿ ਸਾਡੇ ਕੋਲ ਜੇ ਅਸੀਂ ਗੱਲ ਕਰਦੇ ਹਾਂ ਟਰੈਵਲ ਲਈ ਤਾਂ ਸਾਡੀਆਂ ਐਂਬੂਲੈਂਸਿਸ ਉਸ ਪੱਧਰ ਦੀਆਂ ਹੈ ਹੀ ਨਹੀਂ ਤੇ ਉਹ ਬੇਹਿਸਾਬੀ ਰੇਟਸ ਮੰਗ ਰਹੀਆਂ ਨੇ 1.5-1.5 ਲੱਖ ਟਰੈਵਲ ਕਰਨ ਲਈ। ਸੋ ਕਾਰਨ ਇਹ ਕਿ ਸਾਡੇ ਉਹ ਮਰੀਜ਼ ਜਿਹੜੇ ਇਸ ਇੰਨਾ ਖਰਚਾ ਨਹੀਂ ਕਰ ਸਕਦੇ, ਪ੍ਰਾਈਵੇਟ 'ਚ ਨਹੀਂ ਜਾ ਸਕਦੇ, ਨਾ ਐਂਬੂਲੈਂਸਾਂ ਰਾਹੀਂ ਉੱਥੇ ਪਹੁੰਚ ਸਕਦੇ ਨੇ, ਵੱਡੀ ਗਿਣਤੀ ਘਰਾਂ ਵਿੱਚ ਇਲਾਜ ਕਰਨ ਉੱਤੇ ਮਜਬੂਰ ਹੋਏ ਪਏ ਨੇ। ਇੱਕ ਭੈ ਉਹਨਾਂ ਦੇ ਮਨਾਂ ਵਿੱਚ ਫਸਿਆ ਹੋਇਆ ਕਿ ਅਸੀਂ ਹਸਪੀਟਲ ਗਏ ਤਾਂ ਲਾਸ਼ ਹੀ ਪੈਕ ਹੋ ਕੇ ਆਏਗੀ। ਸੋ ਉਹ ਕਾਰਨ ਇਹ ਜਿਹੜਾ ਇੱਕ ਸਰਕਲ ਵਿਸ਼ੇਸ਼ ਚੱਲ ਗਿਆ ਕਿ ਲੋਕ ਵਧੀ ਹੋਈ ਬਿਮਾਰੀ ਨਾਲ ਜਦੋਂ ਪਹੁੰਚਦੇ ਨੇ
ਤਾਂ ਫਿਰ ਆ ਕੇ ਉਹ ਬਚਦੇ ਨਹੀਂ। ਇਹ ਇਸ ਵੇਲੇ ਬਹੁਤ ਵੱਡੀ ਪੱਧਰ ਤੇ ਸਾਡੇ ਜੋ ਆਰਐਮਪੀਜ਼ ਬੈਠੇ ਨੇ ਉਹਨਾਂ ਵੱਲੋਂ ਵੀ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਗਵਰਨਮੈਂਟ ਹੀ ਉਹਦੇ ਖਬਰ ਛਪੀ ਸੀ ਕਿ ਆਰਐਮਪੀਜ਼ ਨੂੰ ਇਨਵੋਲਵ ਕਰ ਰਹੇ ਨੇ ਸਗੋਂ ਟ੍ਰੀਟਮੈਂਟ ਵਿੱਚ। ਮਾੜੀ ਗੱਲ ਹੈ, ਜਿਵੇਂ ਉਹਨਾਂ ਦੀ ਸੋਚ, ਕੌਣ ਇਹੋ ਜਿਹੀ ਐਡਵਾਈਸ ਦੇ ਰਿਹਾ ਰੱਬ ਹੀ ਜਾਣਦਾ ਹੈ, ਪਰ ਜਦੋਂ ਅਸੀਂ ਆਰਐਮਪੀਜ਼ ਵੱਲੋਂ ਦੇਖ ਰਹੇ ਹਾਂ ਕਿ ਉਹ ਲੋੜੋਂ ਵੱਧ ਸਟੀਰੋਇਡਸ ਤੁੰਨ ਕੇ ਪਹਿਲਾਂ ਹੀ ਭੇਜਦੇ ਨੇ, ਤਾਂ ਉਹ ਬਹੁਤ ਰਿਸਕ ਤੇ ਸਾਡੇ ਕੋਲ ਪੇਸ਼ੈਂਟਸ ਆ ਜਾਂਦੇ ਨੇ। ਡਾਇਬਟੀਜ਼ ਅਨਕੰਟਰੋਲਡ ਹੁੰਦੀ ਜੇ ਤੇ ਉਹਨਾਂ ਦੀ ਕੰਸੈਂਟ੍ਰੇਸ਼ਨ ਆਕਸੀਜਨ ਦੀ ਜੋ ਹੁੰਦੀ ਹੈ ਉਹ 30-30% ਤੇ ਆਈ ਹੁੰਦੀ ਹੈ ਜਦੋਂ ਪਹੁੰਚਦੇ ਨੇ, ਤੇ ਆ ਕੇ ਕਈ ਵਾਰ ਤਾਂ ਉਹ ਬੈੱਡ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਗਏ ਚਲੇ ਜਾਂਦੇ ਨੇ, ਜਾਂ ਕੁਝ ਐਂਬੂਲੈਂਸ ਵਿੱਚ ਹੀ ਪਹੁੰਚਦੇ ਹੀ ਡੈੱਡ ਬਾਡੀ ਸਾਡੇ ਕੋਲ ਹੈ। ਸੋ ਇਹ ਕੰਡੀਸ਼ਨ ਇਸ ਵੇਲੇ ਪ੍ਰੈਜੈਂਟ ਹੈ ਕਿ ਉਹ ਡਰ ਉਹ ਪੈ, ਤੇ ਫਿਰ ਜਿਹੜੇ ਗਏ ਨੇ ਉਹਨਾਂ ਵੱਲੋਂ ਜੋ ਉਹਨਾਂ ਦੀਆਂ ਵਰਸ਼ਨਸ ਜੋ ਕਿ ਬਾਹਰ ਸਾਰੇ ਆਇਆ ਕਿ ਸਾਡੇ ਨਾਲ ਗੱਲ ਨਹੀਂ ਹੁੰਦੀ, ਸਾਡੇ ਉਸ ਤੋਂ ਜੋ ਉਹ ਸਰਕਲ ਜਿਹਾ ਬਣਿਆ ਹੋਇਆ ਉਸੇ ਸਦਕਾ ਬਹੁਤ ਵੱਡੀ ਗਿਣਤੀ ਉਹ ਘਰਾਂ ਵਿੱਚ ਰਹਿਣ ਨੂੰ ਹੀ ਤਰਜੀਹ ਦੇ ਰਹੇ ਨੇ। ਰਿਪੋਰਟ ਨਹੀਂ ਕਰ ਰਹੇ ਕਿ ਸਾਡੇ ਜਿਹੜਾ ਪਿੰਡ ਨੂੰ ਕੰਟੇਨਮੈਂਟ ਜ਼ੋਨ ਕਰ ਦਿੱਤਾ ਜਾਊਗਾ, ਅਸੀਂ ਤਾੜੇ ਜਾਵਾਂਗੇ, ਅਸੀਂ ਜ਼ਰੂਰਤ ਦੀ ਚੀਜ਼ਾਂ ਤੋਂ ਵੀ ਵਾਂਝੇ ਹੋ ਜਾਵਾਂਗੇ। ਇਹ ਸਰਕਾਰਾਂ ਮਾਈ ਬਾਪ ਹੁੰਦੀਆਂ ਨੇ, ਡਰ ਕੱਢਣਾ ਉਹਨਾਂ ਦਾ ਫਰਜ਼ ਹੁੰਦਾ। ਔਰ ਮੈਂ ਫਿਰ ਤੁਹਾਡੇ ਮਾਧਿਅਮ ਦੇ ਨਾਲ ਤੁਸੀਂ ਵੀ ਕਰਦੇ ਹੋ, ਮੈਂ ਵੀ ਇਸ ਮੰਚ ਤੋਂ ਕਹਿੰਦਾ ਕਿ ਆਪਦਾ ਚੈੱਕਅਪ ਜ਼ਰੂਰ ਕਰਾਓ। ਕੋਈ ਗੱਲ ਨਹੀਂ, ਜੇ 15 ਦਿਨ ਕੁਆਰੰਟੀਨ ਹੋਣਾ ਪਿਆ ਤੁਹਾਡੀ ਜਾਨ ਬਚੂਗੀ, ਤੁਹਾਡੇ ਨਾਲਦਿਆਂ ਦੀ ਜਾਨ ਬਚੂਗੀ। ਡਾਕਟਰ ਸਾਹਿਬ, ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਕੁਇਕ ਬ੍ਰੇਕ ਲਈ, ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਚੱਲਾਂਗੇ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ, ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ, ਬਹੁਤ ਸੋਹਣਾ ਐਲੈਬਰੇਟ ਕੀਤਾ ਤੁਸੀਂ ਪਿਛਲੇ ਮੁੱਦੇ 'ਤੇ, ਮੈਂ ਦੂਸਰੇ ਕੁਐਸਚਨ ਵੱਲ ਜਾ ਰਿਹਾ ਹਾਂ ਕਿ ਕੇਸ ਘੱਟ ਰਹੇ ਨੇ, ਹੋ ਸਕਦਾ ਅੰਕੜੇ ਇੱਧਰ ਉੱਧਰ ਹੋ ਸਕਦੇ ਨੇ, ਉਹ ਵੀ ਥੋੜ੍ਹਾ ਫਰਕ ਹੋਊਗਾ, ਪਰ 84 ਡੈਥਸ ਹੋਣਾ ਪਿਛਲੇ 24 ਘੰਟਿਆਂ 'ਚ ਪੂਰੇ ਪੰਜਾਬ ਸਟੇਟ ਦੇ ਵਿੱਚ, ਇਹ ਦੱਸ ਰਹੇ ਨੇ ਕਿ ਹਾਲਾਤ ਜਿਹੜੇ ਜ਼ਿਆਦਾ ਕੋਈ ਵਧੀਆ ਉੱਭਰ ਕੇ ਵਧੀਆ ਨਹੀਂ ਆ ਰਹੇ, ਕੇਸ ਜ਼ਰੂਰ ਘੱਟ ਰਹੇ ਨੇ, ਇਹਦੇ ਉੱਤੇ ਤੁਸੀਂ ਕੀ ਟਿੱਪਣੀ ਕਰੋਗੇ ਜੀ? ਪਹਿਲੀ ਚੀਜ਼ ਤਾਂ ਇਹ ਹੈ ਕਿ ਅਜੇ ਵੀ ਅਸੀਂ ਟੀਕਾਕਰਨ ਤੋਂ ਭੱਜ ਰਹੇ ਹਾਂ। ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਵਿੱਚ ਕਹਿੰਦੇ ਨੇ ਕਿ ਟੀਕਾ ਲਵਾਉਣ ਲਈ ਜਦੋਂ ਲੋਕ ਪਹੁੰਚਦੇ ਨੇ ਤਾਂ ਉਹ ਮਾਰ ਕੁਟਾਈ ਵੀ ਕਰਨ ਲੱਗ ਜਾਂਦੇ ਨੇ, ਜਾਂ ਲੁਕ ਜਾਂਦੇ ਨੇ, ਜਾਂ ਭੱਜਦੇ ਨੇ, ਕਿਉਂਕਿ 2-3 ਪੱਖ ਨੇ ਜਿਹੜੇ ਗਰੁੱਪਸ ਨੇ ਐਕਟਿਵ ਇਸ ਵੇਲੇ, ਜਿਹੜੇ ਤੁਸੀਂ ਵਟਸਐਪ, ਟਵਿੱਟਰ, ਫੇਸਬੁੱਕਾਂ ਤੇ ਦੇਖ ਸਕਦੇ ਹੋ, ਜਿਹੜੇ ਬਹੁਤ ਗਲਤ ਅਫਵਾਹਾਂ ਫੈਲਾ ਰਹੇ ਨੇ ਕਿ ਟੀਕੇ ਲਵਾਉਣ ਨਾਲ ਨਪੁੰਸਕ ਹੋ ਜਾਓਗੇ, ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਡੇ ਅੰਦਰ ਚਿੱਪ ਪਾਈ ਜਾ ਰਹੀ ਹੈ, ਯਾਨੀ ਇਹੋ ਜਿਹੀਆਂ ਚੀਜ਼ਾਂ ਅਸੀਂ ਜੋ ਡੀਲ ਕਰ ਰਹੇ ਹਾਂ, ਇਹੀ ਸਾਡੇ ਇੱਕ ਵੱਡੀ ਗਿਣਤੀ ਮੌਤ ਦਾ ਕਾਰਨ ਬਣਦੇ ਜਾ ਰਹੇ ਨੇ। ਪਹਿਲੀ ਚੀਜ਼, ਅਸੀਂ ਮਾਸਕ ਪਾ ਨਹੀਂ ਰਹੇ, ਅਸੀਂ ਮਾਫ ਕਰਿਓ ਜੋ ਸ਼ਬਦ ਵਰਤ ਰਹੀ ਹਾਂ, ਢੀਠ ਹੋ ਚੁੱਕੇ ਹਾਂ ਕਿ ਅਸੀਂ ਤੋੜ ਕੇ ਕਾਨੂੰਨ ਸਵਾਦ ਲੈਂਦੇ ਹਾਂ। ਸੋ ਮਾਸਕ ਪਾਉਂਦੇ ਨਹੀਂ, ਵੱਡੀਆਂ ਗੈਦਰਿੰਗਸ ਅਸੀਂ ਕਰ ਨਹੀਂ ਰਹੇ, ਸੋ ਕਾਰਨ ਹਟਦੇ ਨਹੀਂ, ਵੱਡੀਆਂ ਵੱਡੀਆਂ ਅਸੀਂ ਵਿਆਹ ਹੋਏ, ਜੋ ਵੀ ਮਰਜ਼ੀ ਅਸੀਂ ਇਕੱਠੇ ਹੋਣਾ ਚਾਹ ਰਹੇ ਹਾਂ। ਤੇ ਤੀਸਰੀ ਚੀਜ਼ ਇਹ ਹੈ ਕਿ ਜਦੋਂ ਟੀਕਾਕਰਨ ਅਸੀਂ ਨਹੀਂ ਲਵਾਉਂਦੇ, ਦਾ ਮਤਲਬ ਹੈ ਜਿੰਨੀਆਂ ਮੌਤਾਂ ਇਸ ਵੇਲੇ ਹੋਈਆਂ ਨੇ ਉਹਨਾਂ ਚੋਂ ਇਸ ਵੇਲੇ ਇੱਕ ਵੀ ਨਹੀਂ ਸੀ ਜਿਹਨੇ ਦੋਨੋਂ ਟੀਕੇ ਲਾ ਲਏ ਹੋਣ, ਯਾਨੀ ਇੱਕ ਟੀਕੇ ਤੋਂ ਬਾਅਦ ਦੀਆਂ ਵੀ ਨੇ, ਤੇ ਫਿਰ ਬਹੁਤੇ ਉਹ ਨੇ ਜਿਨ੍ਹਾਂ ਨੇ ਦੋਨੋਂ ਹੀ ਟੀਕੇ ਨਹੀਂ ਸੀ ਲਵਾਏ ਹੋਏ। ਸੋ ਇਹ ਇੱਕ ਇੰਪੋਰਟੈਂਟ ਗੱਲ ਹੈ ਕਿ ਜੇ ਟੀਕਾਕਰਨ ਹੋ ਜਾਵੇ ਤਾਂ ਇਹ ਮੌਤਾਂ ਦੀ ਦਰ ਹੋਰ ਵੀ ਇਸ ਤੋਂ ਕਾਫੀ ਘੱਟ ਸਕਦੀ ਹੈ। ਸੋ ਉਹਦੇ ਉੱਤੇ ਜ਼ਰੂਰ ਸਾਨੂੰ ਇਸ ਵੇਲੇ ਜ਼ੋਰ ਸ਼ੋਰ ਨਾਲ ਕੰਮ ਕਰਨ ਦੀ ਲੋੜ ਹੈ। ਜਿਹੜੀ ਆਹ ਮੁਹਿੰਮ ਵੀ ਚਲਾਉਣੀ ਪੈਣੀ ਕਿ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਕਿ ਹੱਲੇ ਏਡੇ ਏਡੇ ਵਿਆਹ ਕਰਨ ਦੀ ਲੋੜ ਨਹੀਂ ਹੈ। ਮੈਂ ਉੱਥੇ ਆਪਣੇ ਪੰਜਾਬ, ਆਪਣੇ ਕਿਸੇ ਹੋਰ ਕੋਨੇ 'ਚ ਮੈਂ ਇੱਦਾਂ ਦੇ ਵਿਆਹ ਵੀ ਦੇਖੇ ਆ ਪਿਛਲੇ ਕਈ ਦਿਨਾਂ 'ਚ, 5 ਬੰਦੇ ਹੀ ਸੀਗੇ, ਸਿਰਫ 5 ਬੰਦੇ, ਉਹ ਵੀ ਦੂਰ ਦੂਰ ਗੁਰਦੁਆਰਾ ਸਾਹਿਬ 'ਚ ਬਹਿ ਕੇ ਜੋ ਹੈ ਫੇਰੇ ਅਤੇ ਚਾਹ ਪਾਣੀ ਪੀ ਰਿਹਾ। ਅਤੇ ਕੀ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣ ਜਾਂਦੀ ਡਾਕਟਰ ਸਾਹਿਬ, ਉਹ ਕੁਛ ਮੁਹਿੰਮ ਚਲਾਉਣ ਸਰਪੰਚਾਂ ਦੇ ਥਰੂ, ਗ੍ਰਾਮ ਸੇਵਕਾਂ ਦੇ ਥਰੂ, ਪਿੰਡਾਂ 'ਚ, ਸ਼ਹਿਰਾਂ ਦੇ ਵਿੱਚ ਡਿਊਟੀ ਲਾ ਦੇਣ ਕਿ ਯਾਰ ਤੁਸੀਂ ਜਿੱਥੇ ਹੈਗੇ ਬੈਠੇ ਰਹੋ, ਇੰਨੀ ਕੁ ਛੋਟ ਬਹੁਤ ਹੈ, ਇੰਨੀ ਕੁ ਛੋਟ ਬਹੁਤ ਹੈ ਕਿ ਤੁਹਾਨੂੰ ਸੌਦਾ ਮਿਲ ਰਿਹਾ, ਤੁਸੀਂ ਆਪਦਾ ਕੰਮਕਾਰ ਕਰ ਰਹੇ ਹੋ, ਤੇ ਜਿਹੜੇ ਗੈਦਰਿੰਗ ਹੈ ਉਹ ਨਾ ਕਰੋ ਹਲੇ। ਦੇਖੋ, ਬਿਲਕੁਲ ਮੈਂ ਸਹਿਮਤ ਹਾਂ ਕਿ ਸਰਕਾਰ ਦਾ ਕੰਮ ਹੈ, ਪਰ ਸਰਕਾਰ ਦੇ ਵਿੱਚ ਕਿਸ ਲੈਵਲ ਤੋਂ ਕਿਵੇਂ ਚੱਲਦਾ ਹੈ ਕੰਮ। ਦੇਖੋ, ਇੱਕ ਪਹਿਲਾਂ ਡਾਕਟਰ ਆ ਗਿਆ,
ਡਾਕਟਰ ਤੋਂ ਅੱਗੇ ਫਿਰ ਕੰਮ ਹੇਠਾਂ ਸ਼ੁਰੂ ਹੋਣਾ, ਇੱਕ ਸਟਾਫ ਨਰਸ ਨੇ ਕਰਨਾ ਹੈ, ਉਸ ਤੋਂ ਥੱਲੇ ਹੋਰ ਜਿਸਨੇ ਅੱਗੋਂ ਤੋਰਨਾ। ਇਸੇ ਤਰ੍ਹਾਂ ਪਿੰਡਾਂ ਵਿੱਚ ਚੱਲਦੇ ਹਾਂ, ਹੈਲਥ ਵਰਕਰਸ, ANMs, ਇਹ ਸਾਰੀਆਂ LHVs, ਇਹ ਸਾਰੇ ਨੇ ਹੇਠਲੀ ਪੱਧਰ ਦੇ ਵਰਕਰ ਜਿਹੜੀ ਗ੍ਰਾਸ ਰੂਟ ਲੈਵਲ ਤੇ ਕੰਮ ਕਰਦੇ ਨੇ, ਜਿਨ੍ਹਾਂ ਨੇ ਡਾਇਰੈਕਟ ਰੋਜ਼ ਮੁਲਾਕਾਤ ਹੋਣੀ ਹੈ ਉੱਥੇ ਪਿੰਡਾਂ ਵਿੱਚ, ਉਹਨਾਂ ਨੇ ਗੇੜੇ ਕੱਢਣੇ ਆ, ਉਹਨਾਂ ਨੂੰ ਸਮਝਾਉਣਾ ਹੈ ਟੀਕਾਕਰਨ ਬਾਰੇ, ਉਹਨਾਂ ਦੇ ਇਲਾਜ ਬਾਰੇ, ਨਿੱਕੀ ਮੋਟੀ ਬਿਮਾਰੀ ਬਾਰੇ, ਇਹ ਉਹਨਾਂ ਦਾ ਕੰਮ ਜੇ। ਹੁਣ ਮੈਨੂੰ ਇਹ ਦੱਸ ਦਿਓ, ਜੇ ਉਹ ਸੜਕਾਂ ਤੇ ਨਿਤਰੇ ਪਏ ਨੇ, 6-6 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ, ਅਸੀਂ ਸੜਕਾਂ ਤੇ ਡਾਂਗਾਂ ਖਾ ਰਹੇ ਹਾਂ, ਤਾਂ ਮੈਨੂੰ ਦੱਸੋ ਕਿ ਇਹ ਅਸੀਂ ਕਿਵੇਂ, ਯਾਨੀ ਅਸੀਂ ਇਹਨਾਂ ਨੂੰ ਸਟ੍ਰੀਮ ਲਾਈਨ ਕਰੀਏ ਕਿ ਤੁਸੀਂ ਭਾਈ ਕੰਮ ਕਰੋ। ਮੈਨੂੰ ਆਪ ਹੀ ਤੁਸੀਂ ਦੱਸੋ, ਜਿਸ ਦਾ ਘਰ ਬਾਰ ਖਾਣਾ ਨਹੀਂ ਤਿਆਰ ਹੋ ਰਿਹਾ ਕਿਉਂਕਿ 6 ਮਹੀਨੇ ਤੋਂ ਤਨਖਾਹਾਂ ਨਹੀਂ, ਤੁਸੀਂ ਡਾਂਗਾਂ ਪੈਂਦੀਆਂ ਦੇਖ ਰਹੇ ਹੋ, ਉਹ ਕਿਉਂ ਆਖਰ ਕਿਉਂ ਇਹ ਕੰਮ ਕਰਨਗੀਆਂ? ਜੀ, ਡਾਕਟਰ ਸਾਹਿਬ, ਤੁਸੀਂ ਜਦੋਂ ਕਿਹਾ ਡਾਂਗਾ ਪੈਂਦੀਆਂ, ਤੁਹਾਡੇ ਆਪਦੇ ਸ਼ਹਿਰ ਦੀ ਕੱਲ੍ਹ ਕੇ ਪਰਸੋਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਪੂਰੇ ਵਰਲਡ ਦੇ ਵਿੱਚ, ਜਿੱਥੇ ਪੁਲਿਸ ਵਾਲੇ ਵਟ ਐਵਰ ਦ ਰੀਜ਼ਨ, ਕੋਈ ਕਹਿੰਦਾ ਪ੍ਰੋਟੈਸਟਰ ਨੇ ਕੋਈ ਆ, ਪਰ ਜੋ ਬਿਹੇਵੀਅਰ ਹੈ ਉਹ ਸਹੀ ਨਹੀਂ ਹੈ, ਅਸੀਂ ਨਿਖੇਧੀ ਕਰਦੇ ਹਾਂ ਇਸ ਮੰਚ ਤੋਂ ਉਸ ਚੀਜ਼ ਦੀ, ਕਿਸੇ ਵੀ ਤਰ੍ਹਾਂ ਨਾਲ ਸਖਤਾਈ ਕੀਤੀ ਜਾ ਸਕਦੀ, ਪਰ ਫਿਜ਼ੀਕਲ ਇੱਦਾਂ ਨਹੀਂ ਕਰਨਾ ਚਾਹੀਦਾ ਗਾ। ਉੱਥੇ ਇੱਕ ਆਪਾਂ ਕਿਸ ਦਿਨ ਫਿਰ ਸੈਗਮੈਂਟ ਲਾਵਾਂਗੇ, ਫਿਰ ਕਿਸ ਦਿਨ ਸੈਸ਼ਨ ਲਾਵਾਂਗੇ ਕਿ ਲੋਕਾਂ ਦੇ ਵਿੱਚ ਆਪ ਅਵੇਅਰਨੈਸ ਕਿਉਂ ਨਹੀਂ ਆ ਰਹੀ। ਛੱਡ ਦਿਓ ਇੱਕ ਵਾਰ ਕਰੋਨਾ ਵਾਇਰਸ ਨੂੰ, ਛੱਡ ਦਿਓ। ਡਾਕਟਰ ਸਾਹਿਬ, ਇੱਕ ਮੈਂ ਵਧੀਆ ਜੀ ਮਿਸਾਲ ਦਿੰਦਾ ਹਾਂ ਕਿ ਬਹੁਤ ਤਕੜਾ ਕੋਈ ਲੋਕ ਵਿਆਹ ਕਰ ਲੈਂਦੇ ਹੈ, ਕਰੋਨਾ ਵਾਇਰਸ ਨਹੀਂ ਹੈ, ਪਰ ਲੋਕਾਂ 'ਚ ਇਹ ਹਾਲੇ ਵੀ ਆਹ ਕੀੜਾ ਜਿਹੜਾ ਹੈ ਕਿ ਮੈਂ ਸ਼ੋਅ ਅਪ ਕਰਨਾ ਕਿ ਮੈਂ ਬਹੁਤ ਵੱਡਾ ਵਿਆਹ ਕਰਨਾ ਆ ਮੇਰੇ ਬੇਟੇ ਦਾ ਬੇਟੀ ਦਾ। ਉਸ ਤੋਂ ਬਾਅਦ ਪਤਾ ਲੱਗਦਾ ਜੀ ਟੋਟਲ ਪੂੰਜੀ ਤਾਂ ਇੰਨੀ ਹੈ ਨਹੀਂ, ਉਹ ਬੰਦਾ ਆਪਦੇ ਘਰ 'ਤੇ ਲੋਨ ਸੰਭਾਵ ਚੱਕ ਕੇ ਫਿਰ ਉਹਦੀਆਂ ਪੇਮੈਂਟਾਂ ਨਹੀਂ ਪੂਰੀਆਂ ਕਰ ਸਕਦਾ। ਇਹ ਚੀਜ਼ਾਂ ਕਦੋਂ ਦਿਮਾਗ 'ਚੋਂ ਜਾਣਗੀਆਂ? ਇਹ ਚੀਜ਼ਾਂ ਤੁਸੀਂ ਜਦੋਂ ਤੁਹਾਡੇ ਪੇਸ਼ੈਂਟਸ ਆਉਂਦੇ, ਤੁਸੀਂ ਸਾਰਾ ਦਿਨ ਸੋਸ਼ਲ, ਤੁਹਾਡਾ ਨੈਟਵਰਕ ਬਹੁਤ ਵੱਡਾ, ਤੁਸੀਂ ਇਹ ਚੀਜ਼ਾਂ ਬਾਰੇ ਗੱਲ ਕਰਦੇ ਹੋ ਵੀ ਇੱਦਾਂ ਦੀ ਕੋਈ ਜ਼ਰੂਰਤ ਨਹੀਂ, ਉਹੀ ਮੁੰਡਾ ਜਾਂ ਕੁੜੀ ਦਾ ਵਿਆਹ ਤਾਂ ਸਿਰਫ 5 ਬੰਦਿਆਂ ਨਾਲ ਵੀ ਹੋ ਜਾਣਾ, ਸਿੰਪਲ ਦਾਲ ਫੁਲਕੇ ਨਾਲ ਵੀ ਹੋ ਜਾਣਾ। ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਦੇਖੋ, ਮੈਂ ਇੱਕ ਸ਼ੁਰੂ ਕੀਤੀ ਸੀ ਮੁਹਿੰਮ ਜਿਹਦੇ ਲਈ ਮੈਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਤੇ ਮੈਨੂੰ ਨੈਸ਼ਨਲ ਲੈਵਲ ਤੇ ਵੀ ਅਵਾਰਡ ਦਿੱਤਾ ਗਿਆ, ਜਿਸ ਕਾਰਨ ਕਿ ਅਸੀਂ ਨੋ ਡਾਊਰੀ ਮੁਹਿੰਮ ਸ਼ੁਰੂ ਕੀਤੀ ਸੀ। ਲਗਭਗ 70,000 ਦੇ ਕਰੀਬ ਨੌਜਵਾਨ ਬੱਚੇ ਸੀ ਜੋ ਇਹਦੇ ਚ ਸ਼ਾਮਲ ਹੋਏ, ਉਹਨਾਂ ਚੋਂ ਹਾਲੇ ਤੱਕ 1,200 ਨੇ ਜਿਹੜੇ ਵਿਆਹ ਕਰਾ ਚੁੱਕੇ ਨੇ ਵਿਦਆਊਟ ਡਾਊਰੀ। ਸੋ ਇੱਕ ਇਹ ਮੁਹਿੰਮ ਸ਼ੁਰੂ ਕੀਤੀ ਸੀ, ਪਰ ਦੂਜੇ ਪਾਸੇ ਜਦੋਂ ਅਸੀਂ ਵੱਡੀ ਪੱਧਰ ਤੇ ਗੱਲ ਕਰਦੇ ਹਾਂ ਉਹਨਾਂ ਦੇ ਮਾਪਿਆਂ ਨਾਲ, ਤਾਂ ਸੋਚ ਕਿੱਥੇ ਜਾਂਦੀ ਜੇ? ਉਹ ਐਗਜ਼ਾਮਪਲ ਪਤਾ ਜੇ ਕਿਹਦੇ ਦਿੰਦੇ ਨੇ? ਸਿਆਸਤਦਾਨਾਂ ਦੇ, ਉਹਨਾਂ ਦੇ ਰਿਸ਼ਤੇਦਾਰਾਂ ਦੇ, ਉਹਨਾਂ ਦੇ ਅਗਾਂਹ ਦੇ, ਵੀ ਦੇਖਿਆ ਸੀ ਉਹਨਾਂ ਦਾ ਵਿਆਹ ਤੇ ਅਸੀਂ ਉਹਨਾਂ ਤੋਂ ਘੱਟ ਹਾਂ, ਅਸੀਂ ਵੀ ਦਿਖਾ ਸਕਦੇ ਹਾਂ। ਯਾਨੀ ਇੱਕ ਐਸੀ ਰੇਸ, ਅਸੀਂ ਰੈਟ ਰੇਸ ਸ਼ੁਰੂ ਕਰ ਛੱਡੀ ਹੈ ਕਿ ਉਹਨੇ ਕਰਨਾ, ਅਸੀਂ ਵੀ ਕਰਨਾ। ਪੰਜਾਬੀਆਂ ਨੂੰ ਖਾਸ ਤੌਰ ਤੇ ਸਾਡੀ ਇਹ ਸੋਚ ਹੈ, ਸਾਡੇ ਜੈਨੇਟਿਕ ਕੁਛ ਏਦਾਂ ਦਾ ਕਿ ਅਸੀਂ ਹਮੇਸ਼ਾ ਆਪਣੇ ਆਪ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਮੈਂ ਉਸ ਤੋਂ ਅੱਗੇ ਕਰ ਸਕਦਾ, ਯਾਨੀ ਇਸ ਤਰ੍ਹਾਂ ਦਾ ਸਾਡੀ ਸੋਚ ਹੈ। ਸੋ ਉਹੀ ਸੋਚ ਤੁਰੀ ਜਾਂਦੀ ਹੈ ਕਿ ਉਹਨੇ ਭਾਈ ਜੇ ਇੰਜ ਕੀਤਾ ਤਾਂ ਮੈਂ ਉਸ ਤੋਂ 2 ਗੁਣਾ ਉੱਤੇ ਕਰਾਂਗਾ, ਗੁਆਂਢੀ ਕੋਲ ਕਾਰ ਵੱਡੀ ਹੈ ਮੈਂ ਉਸ ਤੋਂ ਵੱਡੀ ਲਵਾਂਗਾ। ਜੀ ਜੀ, ਡਾਕਟਰ ਸਾਹਿਬ ਆਪਣੇ ਨਾਲ ਇੱਕ ਕਾਲਰ ਜੁੜ ਗਏ। ਸਤਿ ਸ਼੍ਰੀ ਅਕਾਲ ਜੀ, ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਓਪਨ ਪਲੇਟਫਾਰਮ ਤੇ ਜਸ ਪੰਜਾਬੀ ਤੇ। ਡਾਕਟਰ ਸਾਹਿਬ ਆਪਣੇ ਨਾਲ ਜੁੜੇ ਹੋਏ ਨੇ ਜੀ। ਡਾਕਟਰ ਅਸ਼ਿੰਦਰ ਕੌਰ ਨੇ ਲਾਈਨ ਤੇ ਮੈਨੂੰ ਲੱਗ ਗਿਆ। ਜੀ ਜੀ ਜੀ, ਆਪਣੇ ਨਾਲ ਜੁੜੇ ਹੋਏ ਨੇ ਜੀ। ਮੈਂ ਡਾਕਟਰ ਸਾਹਿਬ ਤੋਂ ਇਹੋ ਸਵਾਲ ਪੁੱਛਣਾ ਚਾਹੁੰਦਾ ਵਾਂ ਕਿ ਪੰਜਾਬ ਵਾਸਤੇ ਕੋਈ ਖਰੜਾ ਤਿਆਰ ਕਰਨ ਮੈਡੀਕਲ ਸਟਰਕਚਰ ਦਾ, ਕਿੰਨੇ ਕੁ ਡਾਕਟਰ ਚਾਹੀਦੇ ਆ, ਡਾਕਟਰ ਮੈਡੀਕਲ ਐਜੂਕੇਸ਼ਨ ਬਹੁਤ ਮਹਿੰਗੀ ਹੋ ਗਈ, ਕਿੰਨੀਆਂ ਕੁ ਨਰਸੇ ਚਾਹੀਦੀਆਂ, ਕਿੰਨੇ ਹੋਸਪਿਟਲ ਚਾਹੀਦੇ, ਕਿੰਨੀਆਂ ਲੈਬੋਰਟਰੀ ਚਾਹੀਦੀਆਂ, ਖੂਨ ਟੈਸਟ, ਬਲੱਡ ਟੈਸਟ, ਸ਼ੂਗਰ ਕਰਨ, ਔਰ ਕਿੰਨੇ ਕੁ ਟੈਕਨੀਸ਼ੀਅਨ ਚਾਹੀਦੇ ਆ, ਔਰ ਕਿੰਨਾ ਕੁ ਬਜਟ ਚਾਹੀਦਾ, ਇਹੋ ਜਿਹਾ ਖਰੜਾ ਕੋਈ ਤਿਆਰ ਮੈਡੀਕਲ ਐਕਸਪਰਟ ਵੱਲੋਂ ਹੈ ਤਾਂ ਇਸ ਤੇ ਚਾਨਣਾ ਪਾਉਣ। ਜੀ ਪੰਨੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਕਾਲ ਕੀਤੀ। ਆਨਸਰ ਸੁਣੋ ਜੀ ਪੰਨੂ ਸਾਹਿਬ, ਹੋਰ ਕੋਈ ਕੁਐਸਚਨ? ਦੂਸਰਾ ਕੁਐਸਚਨ ਹੈ ਕਿ ਸਾਡੀਆਂ ਕੁੜੀਆਂ ਵੀ ਅੱਜ ਕੱਲ ਇਸ ਡਰੱਗ ਵਾਲੇ ਬੰਨੇ ਨੂੰ ਜਾ ਰਹੀਆਂ, ਉਹਨਾਂ ਦੀ ਐਜੂਕੇਸ਼ਨ ਬਾਰੇ ਕੋਈ ਗੌਰਮੈਂਟ ਨੂੰ ਸਲਾਹ ਦਿੱਤੀ ਜਾਵੇ ਵੀ ਐਜੂਕੇਸ਼ਨ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ, ਤੁਹਾਡੀਆਂ ਸਾਡੀਆਂ ਕੁੜੀਆਂ ਜਾਂ ਮੁੰਡੇ ਜਿਹੜੇ ਨਸ਼ਿਆਂ 'ਚ ਡੁੱਬਦੇ ਜਾ ਰਹੇ ਆ ਉਹ ਇਸ ਬੰਨੇ ਨੂੰ ਜਾ ਸਕਣ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਆਨਸਰ ਸੁਣੋ ਜੀ ਹੁਣ ਤੁਹਾਡਾ। ਜੀ ਮੈਂ ਬੜੀ ਕਮਾਲ ਦੀ, ਪਹਿਲੀ ਗੱਲ ਤਾਂ ਮੈਂ ਸਲਿਊਟ ਕਰਦੀ ਹਾਂ, ਇੰਨਾ ਕਮਾਲ ਦੀ ਸੋਚ ਅਜੇ ਤੱਕ ਮੈਨੂੰ, ਇੰਨੇ ਹਜ਼ਾਰਾਂ ਪ੍ਰੋਗਰਾਮ ਕਰ ਚੁੱਕੀ ਹਾਂ, ਪਹਿਲੀ ਵਾਰ ਕਿਸੇ ਨੇ ਮੰਗਿਆ ਕਿ ਕੋਈ, ਮੇਰਾ ਖਿਆਲ ਹੈ ਅਗਲਾ ਪ੍ਰੋਗਰਾਮ ਜੇ ਆਪਾਂ ਇਸੇ ਤੇ ਕਰ ਸਕੀਏ ਤਾਂ ਬਾ ਕਮਾਲ ਇਹ ਗੱਲ ਹੋ ਜਾਏਗੀ, ਕਿਉਂਕਿ ਜੋ ਆਈਡੀਅਲ ਇੰਟਰਨੈਸ਼ਨਲ ਲੈਵਲ ਦੀ ਇਹ
उस तो असी पद्धर मैं एक ही एग्जाम्पल दे दिनी हाँ कि आईसीयू केयर विच भी जो असी नर्सिस दा कहने वन इज टू वन या वन इज टू टू होवे उत्थे साढ़े इत्थे तुसी अंदाजा ही नहीं ला सकते 30 दे कोल एक रखी होंगी है। यानी कि असी केयर की गल करते हैं जदों इसे तरह डॉक्टर्स की कमी साढ़े को सामने है कि साढ़े को स्पेशलिस्ट आना नहीं चाहते जिस तरीके की पेमेंट का असी हिसाब रखे कि बाहर जो उन्होंने 20 लाख मिलना है तो इतने 70 हजार से वह कहे तो फिर वह भी उन्होंने उस बड़ा कुछ अधीनगी च करना पैंदा है कि सियासतदाना की इंटरफेरेंस फिर 77 लैवल से इंटरफेरेंस फिर उन्होंने जिस तरीके उन्होंने घर च मजबूर करना साढ़े घर जाके देख के जाओ साढ़े घर जाके टीके ला के जाओ। यानी ये जो सिस्टम सारा बिगड़ चुकया है वो जिस पद्धर से साड़ी ग्रास रूट लैवल वर्क चाहिए कि साड़ियाँ डिस्पेंसरी स्ट्रोंोंग होन सब तो वह जरूरी उत्थे है कि मुफ्त दवाइया उत्थे होन छोटे मोटे ऑपरेशंस उत्थे ही होन उत्थे वेल इक्विप्ड एम्बूलेंस जो कि 15 लाख की आती है जो पिंड पद्धर से ही अपने वो शुरू हो जाए दो पिंड च भी एक हो जाए तो बड़ी खूबसूरत तरीके असी मेरा ख्याल है 80% डिजीजेज उत्थे कंट्रोल कर सकते हैं। फिर आने असं उपरले थावां ते जिथे न्यूरोसर्जन साढ़े है ही नहीं यानी कोई भी सरकारी हस्पताल विच आना ही नहीं चाहते वो क्योंकि जिवें मैं दस चुकी हूँ कि माहौल उन्होंने काम करने वाला रखिया ही नहीं असी होया तो ना उन्होंने प्रॉपर स्टाफ दिता गया ना उन्होंने जिहड़ी फॉलोअप केयर वास्ते साढ़े कोल वो चीजा हैं उस पद्धर दियां। एक कॉलर होर जुड़ गए, उस तो बाद ब्रेक लेने तो दूसरे मुद्दे वाल उस तो बाद चलने हैं। जी सत श्री अकाल अटवाल साहब, बहुत बहुत स्वागत जी तुहाडा प्रोग्राम। डॉक्टर हरशिंदर कौर अपने जुड़े हुए हैं। ਹਾਂਜੀ ਗੁਲਾਲ ਭਾਜੀ ਸਤਿ ਸ਼੍ਰੀ ਅਕਾਲ ਤੇ ਡਾਕਟਰ ਸਾਹਿਬ ਆਲਵੇਜ਼ ਗ੍ਰੇਟਫੁਲ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਸਾਨੂੰ ਐਜੂਕੇਟ ਕਰਦੇ ਆ ਤੇ ਮੇਰੇ ਦੋ ਸਵਾਲ ਨੇ ਜੀ। ਇੱਕ ਹੈਗਾ ਜੀ ਕੋਵਿਡ ਵੈਕਸੀਨੇਸ਼ਨ, ਡਾਕਟਰ ਸਾਹਿਬ ਜਿੱਦਾਂ ਆਪਾਂ ਦੇਖਦੇ ਹਾਂ ਕਿ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਕੋਈ ਵੀ ਇਹਦਾ ਪੈਸਾ ਨਹੀਂ ਲਿਆ ਜਾਂਦਾ, ਗਵਰਨਮੈਂਟ ਸਪੋਰਟ ਕਰਦੀ ਹੈ। ਈਵਨ ਇੱਥੇ ਤੱਕ ਕਿ ਜੇ ਕੋਈ ਬਾਹਰਲੇ ਮੁਲਕਾਂ 'ਚੋਂ ਇਮੀਗ੍ਰੈਂਟ ਇੱਥੇ ਟਰੈਵਲ ਵੀ ਕਰ ਰਿਹਾ ਉਹਨੂੰ ਵੀ ਕੋਈ ਕੁਐਸਚਨ ਨਹੀਂ ਬਾਹਰਲੇ ਮੁਲਕਾਂ 'ਚ ਪੁੱਛਿਆ ਜਾਂਦਾ। ਸੋ ਆਪਣੀ ਜਿਹੜੀ ਇੰਡੀਆ ਦੀ ਗਵਰਨਮੈਂਟ ਆ ਉਹ ਉਹਨਾਂ ਲੋਕਾਂ ਤੋਂ ਪੈਸੇ ਲੈ ਰਹੇ ਆ ਜਿਨ੍ਹਾਂ ਨੂੰ ਅੱਗੇ ਲੋਕਡਾਊਨ ਕਰਕੇ ਰੁਜ਼ਗਾਰ ਬੰਦ ਨੇ ਕੋਵਿਡ ਕਰਕੇ, ਰੋਜ਼ਮਰਰਾ ਦੀ ਉਹਨਾਂ ਨੂੰ ਰੋਜ਼ੀ ਰੋਟੀ ਦੀ ਮਾਰੋ ਮਾਰ ਆ, ਫਿਰ ਵੀ ਉਹਨਾਂ ਨੂੰ ਵੈਕਸੀਨੇਸ਼ਨ ਵਾਸਤੇ ਸਟਰਗਲ ਕਰਨੀ ਪੈ ਰਹੀ ਆ। ਤੇ ਦੂਸਰਾ ਸਵਾਲ ਹੈ ਜੀ, ਜੇ ਆਪਾਂ ਦੇਖਦੇ ਹਾਂ ਜੀ 15% ਜਿਹੜੇ ਡਰੱਗ ਦੇ ਨਾਲ ਜੂਝ ਰਹੇ ਆ ਜੀ ਉਹ 18 ਤੋਂ 25 ਸਾਲ ਦੇ ਆਪਣੇ ਨੌਜਵਾਨ ਆ ਜੀ। ਸੋ ਉਹਨਾਂ ਦੇ ਵਿੱਚ ਆਪਣੀਆਂ ਕੁੜੀਆਂ ਭੈਣਾਂ, ਸੋ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਰਹੀ ਆ। ਸੋ ਡਾਕਟਰ ਸਾਹਿਬ ਉਹਦੇ ਵਿੱਚ ਆਮ ਜਿਹੜਾ ਸਿਟੀਜ਼ਨ ਆ, ਆਮ ਵਿਅਕਤੀ, ਭੈਣ ਭਰਾ, ਮਾਂ ਪਿਓ ਕਿਸ ਹਿਸਾਬ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦਾ ਹੈ? ਡਾਕਟਰ ਸਾਹਿਬ ਇਹ ਹੈਗੇ ਆ ਗੁਰਤੇਜ ਅਟਵਾਲ ਜੀ, ਸਾਡੇ ਪਲਾਨਿੰਗ ਕਮਿਸ਼ਨਰ ਨੇ ਟ੍ਰੇਸੀ ਸਿਟੀ ਤੋਂ, ਬਹੁਤ ਸੋਹਣੇ ਵਿਚਾਰ ਹੁੰਦੇ ਡਾਕਟਰ ਸਾਹਿਬ। ਆਪਾਂ ਨੂੰ ਮੇਰੇ ਕੋਲ ਕੁਐਸਚਨ ਹੈ, ਜਿਹੜਾ ਦੂਸਰਾ ਕੁਐਸਚਨ ਹਰੇਕ ਨੇ ਪੁੱਛਿਆ, ਆਪਾਂ ਨੂੰ ਸ਼ਾਇਦ ਪੂਰਾ ਸੈਸ਼ਨ ਉੱਤੇ ਲਾਉਣਾ ਪਵੇ ਪਰ ਆਪਾਂ ਥੋੜ੍ਹਾ ਥੋੜ੍ਹਾ ਉਹਨੂੰ ਟੱਚ ਜ਼ਰੂਰ ਕਰਾਂਗੇ ਅੱਜ। ਆਪਾਂ ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ। ਹਾਂਜੀ ਦਰਸ਼ਕੋ, ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ, ਮੈਂ ਤੁਹਾਡਾ ਗੁਰਲਾਲ, ਪ੍ਰੋਗਰਾਮ ਓਪਨ ਪਲੇਟਫਾਰਮ 'ਤੇ। ਦਰਸ਼ਕੋ ਮੈਂ ਤੁਹਾਡੇ ਰੂਬਰੂ ਨਾ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੋਂ। ਡਾਕਟਰ ਸਾਹਿਬ ਜੇ ਆਪਾਂ ਉਹ ਡਿਟੇਲਸ ਜਾਈਏ ਜਿਹੜਾ ਡਰੱਗਸ ਵਾਲੇ ਆਪਣੇ ਸਾਰੇ ਦਰਸ਼ਕ ਕਾਲਰ ਕੋਰੇ, ਆਪਣੇ ਕੋਲ ਸਿਰਫ 10 ਮਿੰਟ ਰਹਿ ਗਏ ਹੈ। ਮੈਂ ਇੱਕ ਵਾਰ ਫਿਰ ਉੱਥੇ ਹੀ ਜਾਣਾ ਚਾਹੁੰਦਾ ਹਾਂ ਕਿ ਜਿਹੜਾ ਉਹਨਾਂ ਨੇ ਚੱਕਿਆ ਸੀਗਾ, ਪੰਨੂ ਸਾਹਿਬ ਨੇ, ਡਾਕਟਰ ਪੰਨੂ ਨੇ ਜਿਹੜਾ ਚੱਕਿਆ ਕਿ ਟੋਟਲ ਸਟਾਫ 'ਤੇ। ਮੇਰੀ ਇੱਕ ਬੜੇ ਸੀਨੀਅਰ ਡਾਕਟਰ ਨਾਲ ਗੱਲ ਹੋ ਰਹੀ ਸੀ ਪਿਛਲੇ ਹਫ਼ਤੇ, ਅਤੇ ਮੈਂ ਉਹਨਾਂ ਨੂੰ ਇੱਕ ਸਨੈਰੀਓ ਦਿੱਤਾ, ਬਿਲਕੁਲ ਉਹ ਤੁਹਾਡੇ ਨਾਲ ਸ਼ੇਅਰ ਕਰੂੰਗਾ। ਇੱਕ ਸਿਰਫ ਅਤੇ ਸਿਰਫ ਇੱਕ ਥੋੜ੍ਹੇ ਜਿਹੇ ਤਿਆਗ ਦੀ ਜ਼ਰੂਰਤ ਹੈ। ਮੰਨ ਲਓ, ਮੈਨੂੰ ਨਹੀਂ ਪਤਾ ਕੋਈ ਡਾਕਟਰ ਕਿੰਨਾ ਬਣਾਉਂਦਾ, ਮੰਨ ਲਓ ਇੱਕ ਡਾਕਟਰ 1 ਲੱਖ ਰੁਪਇਆ ਮਹੀਨਾ ਬਣਾ ਰਿਹਾ ਮੈਂ ਉੱਦਾਂ, ਅਤੇ ਡਾਕਟਰ ਜਿਹੜਾ ਉੱਥੇ 2 ਹੈਗੇ ਆ ਪਰ ਉਹਨੂੰ ਅਸਿਸਟੈਂਸ ਦੇਣ ਵਾਲੀਆਂ ਜਿਹੜੀਆਂ ਨਰਸਿਸ ਆ ਉਹ 50,000 ਬਣਾ ਰਹੀਆਂ, ਅਤੇ ਸਰਕਾਰ ਕਹਿ ਰਹੀ ਬਜਟ ਨਹੀਂ ਹੈ ਪਰ 10 ਨਰਸਾਂ ਚਾਹੀਦੀਆਂ, ਉਹਨਾਂ ਕੋਲ 6-7 ਹੈ। ਕਿ ਡਾਕਟਰ ਇੱਥੇ ਤਾਂ ਹੀ ਤਸੱਲੀ ਕਰ ਲਏ ਕਿ ਮੈਂ 70,000 ਲੈ ਲੂੰਗਾ ਜਾਂ ਮੈਂ 60,000 ਲੈ ਲੂੰਗਾ, ਮੈਂ ਇੰਨਾ ਤਿਆਗ ਕਰਨ ਨੂੰ ਜ਼ਰੂਰੀ ਹੈ, ਤੁਸੀਂ ਨਰਸਾਂ ਹੋਰ ਰੱਖੋ। ਕਿ ਇੱਦਾਂ ਦਾ ਜੇ ਮਾਇੰਡ ਸੈੱਟ ਲੈ ਕੇ ਆਪਾਂ ਅੱਗੇ ਵਧੀਏ ਤਾਂ ਕੀ ਭਲਾ ਹੋ ਸਕਦਾ ਥੋੜ੍ਹਾ ਬਹੁਤ? ਦੇਖੋ ਭਾਜੀ, ਮੈਂ ਲੈਟ ਅਸ ਕਮ ਟੂ ਦੀ ਗ੍ਰਾਸ ਰੂਟ ਰਿਐਲਿਟੀ ਕੀ ਚੀਜ਼ ਹੈ। ਇੱਕ ਬੱਚਾ, ਮੈਂ ਮਿਸਾਲ ਆਪਣੇ ਆਪ ਨੂੰ ਲੈਣੀ ਆ ਕਿ ਮੇਰੀ ਬੇਟੀ ਜੇ ਅੱਜ MBBS ਕਰਦੀ ਹੈ ਤਾਂ ਉਹਦੇ ਲਈ ਪਹਿਲੀਆਂ ਟਿਊਸ਼ਨਸ ਤੇ ਜਿਸ ਲੈਵਲ ਦੀ, ਕਿਉਂਕਿ ਪੰਜਾਬ ਇਸ ਵੇਲੇ ਸਭ ਤੋਂ ਵੱਧ ਲੈ ਰਿਹਾ ਫੀਸਾਂ, ਮੇਰਾ ਖਿਆਲ ਹੈ ਸਭ ਜਾਣਦੇ ਨੇ। ਸੋ ਇੱਕ ਡਾਕਟਰ
ਤਿਆਰ ਹੋਣ ਵਿੱਚ ਜਿਹਨੇ ਕਿ ਸਪੈਸ਼ਲਿਸਟ ਡਾਕਟਰ ਹੈ ਜਿਹੜਾ ਕਿ ਸੁਪਰ ਸਪੈਸ਼ਲਿਸਟ ਨਹੀਂ ਹੈ, ਪੌਣੇ 3 ਕਰੋੜ ਲੱਗਦੇ ਨੇ, ਮੇਰੇ ਵਰਗਾ ਤਾਂ ਕਿਸੇ ਹਾਲ 'ਚ ਨਹੀਂ ਪੜਾ ਸਕਦਾ, ਅਸੀਂ ਲੋਨ ਲੈਣੇ ਆ। ਹੁਣ ਮੈਨੂੰ ਇਹ ਦੱਸੋ ਕਿ ਉਸ ਤੋਂ ਅੱਗੇ ਜੇ DMP ਕਰਨੀ ਹੈ, ਯਾਨੀ ਉਹਨੇ ਜਾਂ ਨਿਊਰੋ ਸਰਜਨ ਕਰਨਾ ਜਾਂ ਜੋ ਵੀ ਹੋਰ ਅੱਗੋਂ ਸੁਪਰ ਸਪੈਸ਼ਲਿਟੀ ਕਰਨੀ ਹੈ, ਉਹ ਅੱਗੋਂ 2-2 ਕਰੋੜ ਹੋਰ ਹੈ ਜਿਨ੍ਹਾਂ ਦੀ ਆਮਦਨ ਉਸ ਪੱਧਰ ਦੀ ਨਹੀਂ, ਉਹ ਕੀ ਇਹ ਕਰ ਸਕਦੇ ਨੇ ਕਿ ਤੁਸੀਂ ਜੀ ਅਸੀਂ ਡਾਕਟਰ ਹੁਣ 70,000 ਤੇ ਕਮਾਏਗਾ ਤੇ ਬਾਕੀ ਸਾਰੀ ਦੀ ਸਾਰੀ ਉਮਰ ਉਹ ਸਿਰਫ ਕਰਜ਼ਾ ਹੀ ਲਾਂਦਾ ਰਹਿ ਜਾਏਗਾ ਤੇ ਉਹਦੇ ਆਪਣੇ ਬੱਚੇ ਜੇ ਪੜ੍ਹਨੇ ਜਾਣਗੇ ਉਹਦੇ ਲਈ ਕੋਈ ਕਰਜ਼ਾ ਦੇਣ ਆਏਗਾ ਹੀ ਨਹੀਂ ਤੇ ਉਹ ਸੀਟਾਂ ਫਿਰ ਵੱਡੇ ਵੱਡੇ ਜੋ ਬਿਜ਼ਨਸਮੈਨ ਨੇ ਉਹ ਲੈ ਜਾਣਗੇ। ਸੋ ਦੇਖੋ ਇੱਕ ਡਿਸਪੈਰਿਟੀ ਜੇ ਜਿੱਥੇ ਅਸੀਂ ਖਿਆਲ ਨਹੀਂ ਕਰ ਰਹੇ ਕਿ ਡਾਕਟਰ ਤੇ ਤਾਂ ਪ੍ਰੈਸ਼ਰ ਪਾ ਦਿੰਦਾ ਕਮਾਈ ਨਾ ਕਰ, ਪਰ ਉਹ ਲੋਨ ਕਿੱਥੋਂ ਲਾਏ ਤੇ ਕਿਵੇਂ ਬੱਚੇ ਪੜਾਏ। ਇੱਕ ਬੱਚਾ ਪੜਾਉਣ ਲਈ ਨਰਸਰੀ ਵਿੱਚ ਇਸ ਵੇਲੇ 25,000 ਰੁਪਏ ਲੈਂਦੇ ਨੇ ਐਡਮਿਸ਼ਨ ਫੀ। ਮੈਨੂੰ ਸਮਝਾ ਦਿਓ ਕਿ ਕਿਸ ਤਰੀਕੇ ਅਸੀਂ ਜੋ ਲੱਖਾਂ ਰੁਪਏ ਤਾਂ ਨਰਸਰੀ 'ਚ ਹੀ ਚੱਲ ਰਹੇ ਨੇ ਤਾਂ ਸਾਡੀ ਪੜ੍ਹਾਈ ਜੋ ਕਿ ਸਭ ਤੋਂ ਮਹਿੰਗੀ ਹੈ ਉਹਨੂੰ ਕੰਟਰੋਲ ਨਹੀਂ ਕਰ ਰਹੇ, ਤਾਂ ਫਿਰ ਕਿਵੇਂ ਅੱਗੋਂ ਅਸੀਂ ਕਿਸੇ ਹੋਰ ਤੋਂ ਕਹਾਂਗੇ ਕਿ ਤੁਸੀਂ ਆਪਣੀ ਤਨਖਾਹ ਵੀ ਕੱਟ ਲਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪੁਸ਼ਪਿੰਦਰ ਹੈ, ਮੈਂ ਯੂਨੀਅਨ ਸਿਟੀ ਤੋਂ ਕੈਲੀਫੋਰਨੀਆ ਤੋਂ ਬੋਲ ਰਿਹਾ। ਜੀ ਪੁਸ਼ਪਿੰਦਰ ਜੀ, ਬਹੁਤ ਬਹੁਤ ਸਵਾਗਤ ਜੀ, ਡਾਕਟਰ ਹਰਸ਼ਿੰਦਰ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ, ਕੀ ਕੁਐਸਚਨ ਹੈ ਜੀ ਤੁਹਾਡਾ? ਮੇਰਾ ਕੁਐਸਚਨ ਇਹ ਹੈ, ਇਸੇ ਕੰਸਰਨ ਦੇ ਵਿੱਚ ਹੈ ਜਿਹਦੇ ਬਾਰੇ ਡਾਕਟਰ ਸਾਹਿਬ ਬੋਲ ਰਹੇ ਹੈ ਜੀ, ਕਿ ਜਿਸ ਤਰ੍ਹਾਂ ਤੁਸੀਂ ਵੀ ਮੈਂਸ਼ਨ ਕੀਤਾ ਕਿ ਪੰਜਾਬ ਦੇ ਵਿੱਚ ਗੌਰਮੈਂਟ ਨੂੰ ਕੁਝ ਕਰਨਾ ਚਾਹੀਦਾ ਹੈ ਕਿ ਗੈਦਰਿੰਗਸ ਨਾ ਹੋਣ, ਵੱਡੀਆਂ ਗੈਦਰਿੰਗਸ ਜਿਹੜੀਆਂ ਉਹ ਡੇਂਜਰਸ ਹੈ, ਬਿਮਾਰੀ ਫੈਲਦੀ ਹੈ ਜੀ ਜੀ ਜੀ, ਔਰ ਮਾਸਕ ਯੂਜ਼ ਕਰਨੇ ਚਾਹੀਦੇ। ਪਰ ਥੋੜ੍ਹਾ ਜਿਹਾ ਇਸ ਚੀਜ਼ 'ਤੇ ਚਾਨਣ ਪਾਓਗੇ ਕਿ ਪਿਛਲੇ  6-8 ਮਹੀਨੇ ਤੋਂ ਜਾਂ ਜਦੋਂ ਤੋਂ ਵੀ ਦਿੱਲੀ ਦੇ ਪਾਸ ਐਡੀ ਵੱਡੀ ਮਤਲਬ ਗੈਦਰਿੰਗ ਕਿਸਾਨਾਂ ਦੀ ਇਕੱਠੀ ਹੋਈ ਹੈ, ਉੱਥੇ ਕਿਆ ਸੇਫ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਉਹਨਾਂ ਨੂੰ ਗੌਰਮੈਂਟ ਜਾਂ ਪੰਜਾਬ ਸਰਕਾਰ ਜਾਂ ਆਪਣੇ ਬੰਦੇ ਇਹ ਐਡਵਾਈਸ ਕਰਦੇ ਕਿ ਇੰਨੇ ਬੰਦਿਆਂ ਦਾ ਇਕੱਠੇ ਹੋਣਾ ਸੇਫ ਨਹੀਂ ਹੈ, ਕਿ ਬਿਮਾਰੀ ਫੈਲਣ ਦਾ ਡਰ ਹੈ, ਉੱਥੇ ਲੋਕ ਕੋਈ ਡਿਸਟੈਂਸ ਮੇਨਟੇਨ ਨਹੀਂ ਕਰ ਰਹੇ, ਕਿਸੇ ਦੇ ਮਾਸਕ ਵੀ ਨਹੀਂ ਲੱਗਿਓ, ਔਰ ਡਿਸਟੈਂਸ ਦੇਖੋ ਉਹਨਾਂ ਕਿੰਨਾ ਘਾਟਾ, ਟਰਾਲੀਆਂ ਟਰੱਕਾਂ 'ਚ ਕਿੰਨੇ ਲੋਕ, ਕਿੰਨੇ ਇੱਕ ਦੂਜੇ ਦੇ ਪਾਸ ਪਾਸ ਹੈ, ਔਰ ਉਹਦੇ ਬਾਰੇ ਕੋਈ ਚਾਨਣ ਪਾਉਣਗੇ ਕਿ ਉੱਥੇ ਉਹ ਕੀ ਹੋ ਰਿਹਾ, ਕਿ ਉੱਥੇ ਕੋਈ ਵੀ ਉਹਨਾਂ ਨੂੰ ਨਹੀਂ ਸਮਝਾ ਰਿਹਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਪੁਸ਼ਪਿੰਦਰ ਜੀ, ਤੁਸੀਂ ਕਾਲ ਕੀਤੀ ਜੀ, ਆਨਸਰ ਸੁਣੋ ਡਾਕਟਰ ਸਾਹਿਬ। ਮੈਂ ਦੇਖੋ ਭਾਜੀ ਉਹਨਾਂ ਨਾਲ ਸਹਿਮਤ ਹਾਂ ਕਿ ਕੇਸਿਸ ਤੁਹਾਨੂੰ ਸ਼ਾਇਦ ਵੱਡੀ ਪੱਧਰ ਤੇ ਮੀਡੀਆ ਕੋਲ ਉਜਾਗਰ ਨਹੀਂ ਹੁੰਦੇ, ਪਰ ਡਾਕਟਰ ਕੋਲੋਂ ਢਿੱਡ ਨਹੀਂ ਲੁਕੋਇਆ ਜਾ ਸਕਦਾ। ਕੇਸਿਸ ਆ ਵੀ ਰਹੇ ਨੇ, ਡੈਥ ਵੀ ਬੜਿਆਂ ਦੀ ਹੋਈ ਹੈ ਜਿਹੜੇ ਉਸ ਤੋਂ ਵਾਪਸ ਮੁੜੇ ਨੇ। ਉਸ ਤੋਂ ਬਾਅਦ ਕਈ ਘਰ ਨੇ ਜਿਨ੍ਹਾਂ ਵਿੱਚੋਂ ਇਸ ਵੇਲੇ ਉਹ ਆਪ ਜਾਣ ਦੀ ਥਾਂ ਆਪਣੇ ਸੀਰੀ ਵੀ ਭੇਜ ਰਹੇ ਨੇ ਕਿ ਤੁਸੀਂ ਜਾਓ ਤੇ ਸਾਡੇ ਘਰਾਂ 'ਚ ਬਿਮਾਰੀ ਹੈ। ਸੋ ਉਹ ਬੁਖਾਰ, ਕਿਉਂਕਿ ਸਭ ਨੂੰ ਹਰ ਆਪਾਂ ਨੂੰ ਪਤਾ ਹੈ ਕਿ 85% ਨੂੰ ਸੀਰੀਅਸ ਬਿਮਾਰੀ ਨਹੀਂ ਹੋਣੀ, ਤੋ ਆਮ ਖੰਘ ਨਾਲ ਜੂਝਦੇ ਬਹੁਤ ਵੱਡੀ ਗਿਣਤੀ ਪਿੰਡਾਂ ਵਿੱਚ ਇਸ ਵੇਲੇ ਕੇਸ ਪਏ ਨੇ ਜਿਹੜੇ, ਕਿਉਂਕਿ ਟੈਸਟ ਨਹੀਂ ਕਰਾ ਰਹੇ, ਅਸੀਂ ਜਾਂਚੀ ਨਹੀਂ ਕਰ ਸਕਦੇ ਕੀ ਹੈ, ਮੌਤਾਂ ਵੀ ਹੋ ਰਹੀਆਂ ਨੇ ਉਹਨਾਂ 'ਚੋਂ ਜਿਹੜੇ ਕੁਝ ਪਹੁੰਚਦੇ ਨੇ, ਟ੍ਰਿਕਲ ਡਾਊਨ ਹੁੰਦੇ ਨੇ, ਇੱਥੇ ਪਤਾ ਲੱਗ ਰਿਹਾ ਉਹਨਾਂ ਵਿੱਚ ਵੀ ਪੋਜ਼ਿਟਿਵ ਹੈ। ਸੋ ਇਹ ਚੀਜ਼ਾਂ ਹਨ, ਤੇ ਬਹੁਤ ਸਾਰੇ ਉਹ ਜਿਹੜੇ ਜਾ ਕੇ ਉੱਥੇ ਲੈਕਚਰਸ ਦੇ ਕੇ ਵੀ ਵਾਪਸ ਮੁੜੇ ਨੇ, ਜਾਂ ਕੁਝ ਦੇਰ ਇੱਕ ਅੱਧ ਦਿਨ ਸਟੇਅ ਕਰਕੇ ਵੀ ਜਿਹੜੇ ਮੁੜੇ ਨੇ, ਉਹਨਾਂ 'ਚੋਂ ਵੀ ਕਾਫੀ ਜਿਣਿਆਂ ਨੂੰ ਕੋਵਿਡ ਹੋਇਆ, ਜਿਹੜੇ ਉਹਨਾਂ 'ਚੋਂ ਕੁਝ ਨੂੰ ਹਸਪੀਟਲ ਵੀ ਦਾਖਲ ਹੋਣਾ ਪਿਆ, ਕੁਝ ਘਰਾਂ ਵਿੱਚ ਵੀ ਠੀਕ ਹੋਏ। ਸੋ ਇਹ ਗੱਲ ਨਹੀਂ ਹੈ ਕਿ ਉੱਥੇ ਇਹ ਬਿਮਾਰੀ ਨਹੀਂ ਹੋ ਰਹੀ, ਪਰ ਇੱਕ ਵੱਡੀ ਗੱਲ ਤੁਹਾਡੇ ਮੁਲਕਾਂ ਵਿੱਚ ਜੋ, ਕਿਉਂਕਿ ਅਸਲ 'ਚ ਮੁੱਦਾ ਬਹੁਤ ਗੰਭੀਰ ਹੈ, ਮੇਰਾ ਖਿਆਲ ਅਗਲੀ ਵਾਰ ਆਪਾਂ ਸਿਰਫ ਹੀ ਡਰੱਗਸ ਤੇ ਗੱਲ ਕਰੀਏ ਕੁੜੀਆਂ ਦੀ, ਕਿਉਂਕਿ ਮੇਰੇ ਕੋਲ ਬਹੁਤ ਉਹਦੇ ਬਾਰੇ ਵਿਸ਼ਾਲ ਜਾਣਕਾਰੀ ਹੈ, ਕਿਉਂਕਿ ਅਸੀਂ ਉਹ ਸੈਂਟਰ ਜੋ ਦੇਖ ਰਹੇ ਹਾਂ ਰਨ ਹੋ ਰਹੇ ਨੇ, ਤੇ ਜਿਸ ਤਰੀਕੇ ਉੱਥੇ ਵੀ ਮੈਲ ਟ੍ਰੀਟਮੈਂਟ ਹੈ ਉਹ ਗੱਲ ਕਰਨੀ ਬਣਦੀ ਜ਼ਰੂਰੀ ਹੈ। ਮੇਰਾ ਖਿਆਲ ਅਗਲਾ ਪੂਰਾ ਪ੍ਰੋਗਰਾਮ ਉਸ ਤੇ ਕਰੀਏ, ਪਰ ਮੈਂ ਇੱਕ ਵੱਡੀ ਗੱਲ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਉੱਥੇ ਮੁਲਕਾਂ ਵਿੱਚ ਹੈਲਥ ਇੰਸ਼ੋਰੈਂਸ ਹੈ ਜੀ, ਦੇਖਦੇ ਹੋਵੋਗੇ ਜੀ ਜੀ, 60% ਦੇ, ਤੇ ਜੇ ਹਣ ਵੀ ਜੋ ਪ੍ਰਾਈਵੇਟ ਕਰ ਰਹੀਆਂ ਨੇ, ਲੁੱਟ ਖਸੁੱਟ ਕਰ ਰਹੀਆਂ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦੀ ਕਿਹੜੀਆਂ, ਪਰ ਸਾਡੇ ਕੇਸਿਸ ਆਏ ਨੇ ਡਾਕਟਰਸ ਨੇ ਵੀ ਜਿਨ੍ਹਾਂ ਤੋਂ ਇੰਸ਼ੋਰੈਂਸ ਕਰਵਾਈ ਤੇ ਉਹ ਜਦੋਂ ਕੋਈ ਸੀਰੀਅਸ ਬਿਮਾਰੀ ਹੋਈ ਤੇ ਉਹ ਗਾਇਬ ਹੋ ਗਏ, ਦੌੜ ਗਏ, ਤੇ ਉਹ ਕੇਸ ਚੱਲ ਰਹੇ ਨੇ ਅਜੇ ਵੀ ਉਹਨਾਂ ਦੇ ਪ੍ਰਤੀ। ਸੋ ਇਹੋ ਜਿਹੀ ਜਿਹੜੀ ਸਿਸਟਮ ਹੈ ਸਾਡਾ, ਪੂਰੇ ਦਾ ਪੂਰਾ ਤਾਣਾ ਬਾਣਾ ਹੀ ਉਲਝਿਆ ਪਿਆ। ਸੋ ਇਸੇ ਕਰਕੇ ਇਹ ਕੁਝ ਵੀ ਫ੍ਰੀ ਵਾਲਾ ਜਿਹੜਾ ਕੰਮ ਹੁੰਦਾ ਉਹ ਕਦੇ ਵੀ
ਠੀਕ ਨਹੀਂ ਤੁਰਦਾ, ਫੇਲ ਹੀ ਹੁੰਦਾ ਇਹੋ ਜਿਹਾ ਸਿਸਟਮ। ਕਾਰਨ ਇਹੀ ਕਿ ਅਸੀਂ ਕੋਈ ਸਟ੍ਰੀਮ ਲਾਈਨ ਕੁਝ ਵੀ ਨਹੀਂ ਕੀਤਾ ਹੋਇਆ। ਜੀ ਡਾਕਟਰ ਸਾਹਿਬ, ਮੈਂ ਇੱਕ ਵਾਰ ਥੋੜ੍ਹਾ ਜਿਹਾ ਪਿੱਛੇ ਜਿਹੜੇ ਪੁਸ਼ਪਿੰਦਰ ਜੀ ਨੇ ਕਾਲ ਕੀਤੀ ਸੀ, ਮੈਂ ਚਾਨਣਾ ਪਾ ਦਵਾਂ, ਤੁਸੀਂ ਬਹੁਤ ਸੋਹਣਾ ਕਵਰ ਕੀਤਾ ਉਸ ਚੀਜ਼ ਨੂੰ। ਹਾਂ ਬਿਲਕੁਲ, ਉੱਥੇ ਜਿਹੜੇ ਸਾਡੀ CEO ਅਸ਼ਮਿਤਾ ਜੀ ਉੱਥੇ ਗਏ ਹੋਏ ਸੀਗੇ, ਹੁਣ ਗੱਲ ਹੁੰਦੀ ਰਹਿੰਦੀ ਹੈ ਇੰਨਾ ਲੰਮੇ ਟਾਈਮ ਤੋਂ, ਉੱਥੇ ਕਈ ਯੁਗੇਂਦਰ ਯਾਦਵ ਜੀ ਨਾਲ ਗੱਲ ਹੋਈ ਸੀ ਮੇਰੀ, ਉਹ ਸਾਰੇ ਇਹ ਕਹਿ ਰਹੇ ਆ ਕਿ ਇਹ ਇੱਕ ਪਿੰਡ ਬਣ ਚੁੱਕਾ ਹੈ, ਜਿਹੜੇ ਟਰਾਲੀ ਦੇ ਵਿੱਚ ਇੱਕ ਪਰਿਵਾਰ ਦੇ ਲੋਕ ਰਹਿ ਰਹੇ ਆ, 10 ਬੰਦੇ ਉਹੀ ਰਹਿੰਦੇ, ਬਾਹਰਲਾ ਕੋਈ ਨਹੀਂ ਆਉਂਦਾ। ਉਹ ਕਹਿੰਦੇ ਕਿ ਉੱਦਾਂ ਹੀ ਜਿੱਦਾਂ ਪਿੰਡਾਂ ਦੇ ਵਿੱਚ ਲੋਕ ਆਪਦੇ ਘਰਾਂ 'ਚ ਰਹਿ ਰਹੇ, ਉੱਦਾਂ ਹੀ ਇੱਥੇ ਰਹਿ ਰਹੇ ਆ। ਔਰ ਉਸ ਤੋਂ ਬਾਅਦ ਉਹ ਜਿਹੜੀ ਐਂਡ ਲਾਈਨ ਉਹ ਕਹਿੰਦੇ ਆ ਕਿ ਅਸੀਂ ਜੇ ਇੱਥੇ ਮਰ ਜਾਵਾਂਗੇ, ਜੇ ਕਾਨੂੰਨ ਜਿਹੜੇ ਬਣਾਏ ਉਹ ਰੱਦ ਨਾ ਹੋਏ ਤਾਂ ਅਸੀਂ ਵੈਸੇ ਹੀ ਮਰ ਜਾਵਾਂਗੇ, ਇਦੋਂ ਚੰਗਾ ਕਿ ਅਸੀਂ ਇੱਥੇ ਸੇਫ ਰਹਿ ਕੇ ਅਸੀਂ ਆਪਦਾ ਪ੍ਰੋਟੈਸਟ ਕਰ ਰਹੇ ਹਾਂ, ਕਾਨੂੰਨ ਰੱਦ ਹੋਣਗੇ ਜਾਂ ਜੋ ਵੀ ਕੋਈ ਕੋਈ ਹੱਲ ਨਿਕਲੇਗਾ ਤਾਂ ਫਿਰ ਅਸੀਂ ਘਰ ਜਾਵਾਂਗੇ, ਜਿਉਂਦੇ ਰਹੇ ਤਾਂ ਅਸੀਂ ਆਪਦੀ ਜ਼ਿੰਦਗੀ ਦਾ ਜਿਹੜਾ ਆਨੰਦ ਮਾਣਾਂਗੇ, ਜੇ ਨਾ ਹੋਏ ਤਾਂ ਜੇ ਮਰਨਾ ਹੀ ਆ ਤਾਂ ਅਸੀਂ ਇੱਥੇ ਰਹਿ ਕੇ ਮਰਾਂਗੇ। ਔਰ ਮੈਂ ਤੁਹਾਨੂੰ ਦੱਸਦਾ ਕਿ ਖਾਸ ਕਰਕੇ ਯੁਗਿੰਦਰ ਯਾਦਵ ਜੀ ਨੇ ਬਹੁਤ ਸੋਹਣਾ ਐਲੈਬਰੇਟ ਕੀਤਾ ਕਿ ਹਰ 10-15 ਟਰਾਲੀਆਂ ਦੇ ਬਾਅਦ ਅਸੀਂ ਇੱਕ ਮੈਡੀਕਲ ਯੂਨਿਟ ਉੱਥੇ ਬੈਠਾ ਹੋਇਆ ਵਾਲੰਟੀਅਰਲੀ, ਅਸੀਂ ਕੋਈ ਪੈਸੇ ਨਹੀਂ, ਵਾਲੰਟੀਅਰਲੀ ਔਰ ਚੈੱਕਅਪ ਕਰ ਰਹੇ ਹਾਂ, ਔਰ ਗੌਰਮੈਂਟ ਤੋਂ ਕਹਿ ਰਹੇ ਕਿ ਸਾਨੂੰ ਵੀ ਟੀਕੇ ਲਵਾ ਦਿਉ ਇੱਥੇ, ਪਰ ਅਸੀਂ ਘਰ ਨਹੀਂ ਜਾਣਾ। ਉਹ ਆਪਦੀ ਹੋਂਦ ਦੀ ਲੜਾਈ ਲੜ ਰਹੇ, ਨਾ ਕਿ ਉਹ ਕਿਸੇ ਸ਼ੌਂਕ ਨੂੰ ਬੈਠੇ ਉੱਥੇ, ਨੰਬਰ 1। ਨੰਬਰ 2 ਡਾਕਟਰ ਸਾਹਿਬ, ਅਖੀਰਲੇ 3-4 ਮਿੰਟ ਰਹਿ ਗਏ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਆਹ ਡਰੱਗਸ ਦਾ ਮੁੱਦਾ ਤਾਂ ਲਿਖਿਆ ਕਿ ਮਦੁਰਾਈ ਤਮਿਲਨਾਡੂ ਦੇ ਵਿੱਚ ਜਾਂ ਮੁੰਬਈ ਦੇ ਵਿੱਚ ਪਿਛਲੇ 24 ਘੰਟਿਆਂ 'ਚ, ਮੈਂ ਇਹ ਨਹੀਂ ਕਹਿ ਰਿਹਾ ਕਿ ਮੁੰਡੇ ਜਾਂ ਬੰਦੇ ਡਰੱਗਸ ਨਹੀਂ ਖਾਂਦੇ, ਉਹ ਤਾਂ ਚਲੋ ਇੰਤਹਾ ਹੋ ਗਈ, ਪਰ ਜਿਹੜਾ ਕੁੜੀਆਂ ਦੀ ਮੰਦਭਾਗੀ ਘਟਨਾਵਾਂ ਆਈਆਂ ਨੇ, ਵੱਡੇ ਸ਼ਹਿਰਾਂ 'ਚ ਹਰੇਕ ਕੋਈ ਕਹਿੰਦਾ ਜੀ ਉੱਥੇ ਆਹ ਚੱਲਦਾ ਉਹ ਚੱਲਦਾ, ਪਰ ਕਿਤੇ ਨਾ ਕਿਤੇ ਮਾਂ ਬਾਪ ਦੀ ਜਾਂ ਐਜੂਕੇਸ਼ਨ ਦੀ ਕਮੀ ਆ। ਬਹੁਤ ਰੀਜ਼ਨ ਹੋਣਗੇ ਜਿਹੜੇ ਆਪਾਂ ਅਗਲੇ ਸੈਸ਼ਨ 'ਚ ਲਾਵਾਂਗੇ, ਔਰ ਖਾਸ ਕਰਕੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿੱਦਾਂ ਸੂਈਆਂ ਲੈ ਕੇ ਕੁੜੀਆਂ, ਔਰ ਪਿੱਛੇ ਜੇ ਘਟਨਾ ਵਾਪਰੀ ਸੀਗੀ ਕਿ ਸਾਡੀ ਕੋਈ ਭੈਣ ਉਹ ਪ੍ਰੈਗਨੈਂਟ ਸੀਗੀ ਕੁਛ ਮਹੀਨਿਆਂ ਤੋਂ, ਤਾਂ ਸ਼ੀ ਵਾਜ਼ ਟੇਕਿੰਗ। ਸੋ ਉਹ ਗੱਲਾਂ ਆਪਾਂ ਬਾਅਦ 'ਚ ਕਰਾਂਗੇ ਕਿਉਂਕਿ ਅੱਜ ਆਪਾਂ ਨੂੰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਗੋਇੰਗ ਬੈਕ ਟੂ ਕਿ ਤੁਸੀਂ ਆਹ ਥੋੜ੍ਹਾ ਥੋੜ੍ਹਾ ਐਲੈਬਰੇਟ ਕਰ ਦਿਓ ਕਿ ਕੀ ਮਜ਼ਬੂਰੀ ਕੁੜੀਆਂ ਕਿਸ ਮਜ਼ਬੂਰੀ ਬਾਰੇ ਜਾਣੀਆਂ, ਸਿਰਫ ਤਾਂ ਨਹੀਂ 4 ਮਿੰਟ, ਆਪਾਂ ਸਪੈਸ਼ਲ ਸੈਸ਼ਨ ਨੈਕਸਟ 1-2 ਵੀਕਾਂ ਜ਼ਰੂਰ ਲਾਵਾਂਗੇ ਇੱਥੇ। ਬਿਲਕੁਲ, ਮੈਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੈਕਿੰਡ ਹੀ ਸਿਰਫ ਦੱਸਾਂਗੀ, ਮੈਂ ਵੀ 3 ਵਾਰ ਉੱਥੇ ਜਾ ਚੁੱਕੀ ਹਾਂ, ਅਸੀਂ ਵੀ ਫ੍ਰੀ ਮੈਡੀਕਲ ਕੈਂਪਸ ਉੱਥੇ ਲਗਾ ਕੇ ਆਏ ਹਾਂ, ਜਿਸ ਤਰੀਕੇ ਯੋਧੇ ਡਟੇ ਨੇ ਅਸੀਂ 100% ਨਾਲ ਆ ਉਹਨਾਂ ਦੇ। ਦੂਸਰੀ ਚੀਜ਼ ਜਿਹੜੀ ਗੱਲ ਕਰ ਰਹੇ ਹਾਂ, ਦੇਖੋ ਜਿਹੜੀ ਵਰਲਡ ਲੈਵਲ ਤੇ ਜੋ ਫਿਗਰਸ ਆਈਆਂ ਸਨ ਉਹ ਸਨ, ਜੋ ਫੈਡਰਲ ਗਵਰਨਮੈਂਟ ਵੱਲੋਂ ਰਿਲੀਜ਼ ਕੀਤੀਆਂ ਗਈਆਂ ਸੀ ਕਿ 19.5 ਮਿਲੀਅਨ ਕੁੜੀਆਂ ਨੇ ਜਿਹੜੀਆਂ ਇਸ ਵੇਲੇ ਡਰੱਗ ਅਡਿਕਟ, ਜੋ ਕਿ ਇਲਿਸਿਟ ਡਰੱਗ ਦੀਆਂ ਤੇ ਉਹਨਾਂ ਵਿੱਚ ਵੀ ਹਾਰਡ ਡਰੱਗ ਅਡਿਕਟ ਬਣ ਗਈਆਂ ਨੇ, ਯਾਨੀ ਇੱਕ ਤਰੀਕੇ ਕਹਿ ਰਹੇ ਸਨ 15.4% ਦੇ ਨੇੜੇ ਤੇੜੇ ਪਹੁੰਚ ਜਾਂਦੀ ਹੈ। ਮੈਂ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਵਿੱਚ ਜੋ ਫਿਗਰਸ ਇਸ ਵੇਲੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਰਿਲੀਜ਼ ਕੀਤੇ ਸੀ, ਉਹ 18-19% ਜੇ ਅੰਦਾਜ਼ਾ ਲਾ ਲਿਓ, ਤੇ ਜਿਨ੍ਹਾਂ ਵਿੱਚ ਭਾਰੀ ਗਿਣਤੀ ਪਿੰਡਾਂ ਦੀਆਂ ਵੀ ਨੇ। ਜਿਸ ਤਰੀਕੇ ਡੋਮੈਸਟਿਕ ਵਾਇਲੈਂਸ, ਜਿਸ ਤਰੀਕੇ ਜਬਰੀ ਉਹਨਾਂ ਨੂੰ ਸੈਕਸ ਰੈਕਟਸ ਵਿੱਚ ਉਹਨਾਂ ਨੂੰ ਧੱਕਿਆ ਜਾ ਰਿਹਾ, ਜਿਸ ਤਰੀਕੇ ਨਿੱਕੀਆਂ ਬਾਲੜੀਆਂ ਧਿਆਨ ਕਰਿਓ, ਸਕੂਲਾਂ ਦੇ ਖਾਣੇ ਦੇ ਡੱਬੇ ਦੇ ਵਿੱਚ ਉਹਨਾਂ ਨੂੰ ਡਰੱਗਸ ਜਿਵੇਂ ਡਰੱਗ ਟ੍ਰੇਡ ਵਿੱਚ ਯੂਜ਼ ਕੀਤਾ ਜਾ ਰਿਹਾ, ਅਸੀਂ ਅਗਲੇ ਪ੍ਰੋਗਰਾਮ 'ਚ ਜ਼ਰੂਰ ਖੁਲਾਸਾ ਕਰਨਾ ਚਾਹਾਂਗੇ। ਬਹੁਤ ਵੱਡਾ ਇਹ ਮੁੱਦਾ ਜੇ, ਤੇ ਕਿਸ ਤਰੀਕੇ ਇਹਨੂੰ ਸਾਂਭਣਾ ਚਾਹੀਦਾ, ਕਿਸ ਤਰੀਕੇ ਮਾਪੇ ਅਵੇਅਰ ਹੋਣੇ, ਸਾਰਾ ਕੁਝ ਮੇਰਾ ਖਿਆਲ ਹੈ ਪੂਰਾ ਪ੍ਰੋਗਰਾਮ ਇਹਦੇ ਤੇ ਕਰਨਾ ਬਣਦਾ ਜੇ, ਪਰ ਤੁਸੀਂ ਅਵੇਅਰ ਹੋ, ਤੁਹਾਡੇ ਲੋਕ ਅਵੇਅਰ ਨੇ, ਸੁਣਨ ਵਾਲੇ ਵੀਰ ਅਵੇਅਰ ਨੇ, ਮੇਰਾ ਖਿਆਲ ਹੈ ਇਹ ਮੁੱਦੇ 'ਚ ਜ਼ਰੂਰ ਵੱਡੀ ਪੱਧਰ 'ਤੇ ਉਹ ਸ਼ਾਮਲ ਵੀ ਹੋਣਗੇ। ਜੀ ਜੀ ਜੀ, ਬਹੁਤ ਲੋਕਾਂ ਦੀ, ਖਾਸ ਕਰਕੇ ਮੈਂ ਇਸ ਚੀਜ਼ 'ਤੇ ਬੜੀ, ਜਿਹੜੀ ਅਪਡੇਟਸ ਹੁੰਦੀਆਂ ਨੇ ਪਿਛਲੇ 12-24 ਘੰਟਿਆਂ ਦੇ ਵਿੱਚ, ਹਰ ਮੰਦਭਾਗੀ ਘਟਨਾ ਹੋਰ ਔਰ ਉਸ ਤੋਂ ਬਾਅਦ ਜਿਹੜੀ ਆ ਕਿ ਕੋਈ ਖੁਸ਼ਖਬਰੀ ਆਵੇ, ਪਰ ਆਹ 2-3 ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਜਿੱਦਾਂ ਮੈਂ ਤੁਹਾਨੂੰ ਦਿਨੇ ਵੀ ਗੱਲ ਕੀਤੀ ਸੀਗੀ, ਇਹ 'ਤੇ ਚਾਨਣਾ ਪਾਉਣਾ ਬਹੁਤ ਜ਼ਰੂਰੀ ਆ। ਪਰ ਇਹ ਮੁੱਦਾ ਹੀ ਇੰਨਾ ਵੱਡਾ ਕਿ ਆਪਣਾ ਪੂਰਾ ਸੈਸ਼ਨ ਇਹਦੇ ਉੱਤੇ ਡਾਕਟਰ ਸਾਹਿਬ ਲੱਗ ਜਾਣਾ ਆ। ਬਹੁਤ ਸੋਹਣਾ ਐਲੈਬਰੇਟ ਕੀਤਾ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਨਹੀਂ ਆਪਾਂ ਹੋਰ ਲੰਮਾ ਚੱਲਦੇ ਆ ਸਾਰੀਆਂ ਚੀਜ਼ਾਂ ਵਾਸਤੇ। ਡਾਕਟਰ ਸਾਹਿਬ, ਆਪਾਂ ਅਰਦਾਸ ਕਰਾਂਗੇ ਕਿ ਆਉਣ ਵਾਲੇ 24 ਘੰਟੇ ਕੋਈ ਨਾ ਕੋਈ ਚੰਗੀ ਖਬਰ ਲੈ ਕੇ ਆਉਣ। ਆਪਾਂ ਕਿਸੇ ਕਿੱਤੇ ਬਾਰੇ ਨਹੀਂ ਕਹਿ ਰਹੇ, ਕਿਸੇ ਧਰਮ ਵਿਸ਼ੇਸ਼ ਜਾਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਰਾਜਨੀਤਿਕ ਪਾਰਟੀ ਬਾਰੇ ਨਹੀਂ ਗੱਲ ਕਰ ਰਹੇ, ਓਵਰਆਲ ਸਾਡੇ ਭਾਰਤ ਮਹਾਨ ਲਈ ਜਾਂ ਪੂਰੀ ਇਨਸਾਨੀਅਤ ਲਈ, ਪੂਰੀ ਕਾਇਨਾਤ ਲਈ ਆਪਾਂ ਅਰਦਾਸ ਕਰਾਂਗੇ ਪਰਮਾਤਮਾ ਮੋਰੇ ਕਿ ਚੰਗੀ ਖਬਰ ਆਵੇ, ਆਹ ਜਿਹੜੇ ਮਸਲੇ ਨੇ ਉਹ ਛੇਤੀ ਤੋਂ ਛੇਤੀ ਸੋਲਵ ਹੋਣ। ਡਾਕਟਰ ਸਾਹਿਬ, ਤੁਸੀਂ ਅੱਜ ਟਾਈਮ ਕੱਢਿਆ, ਅਸੀਂ ਧੰਨਵਾਦੀ ਹਾਂ, ਅਸੀਂ ਅਰਦਾਸ ਕਰਦੇ ਹਾਂ ਤੁਸੀਂ, ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਕੱਢਣ ਦਾ।
जी, दर्शकों सन डॉक्टर हरशिंदर कौर जी, अपना एक बहुत वड्डा मुद्दा जिहड़ा ड्रग्स का, खास करके लेडीज़ साडियां कुड़ियां जिहड़ियां ड्रग्स दे विच पईयां होईयां ने, उन्हां दियां की मजबूरियां ने, की कारण रहे होणगे, उहदा सल्यूशन की आ, डेफिनेटली आपां एक दो वीकां च इस चीज़ दे उत्ते आपां सैशन लावांगे। अज वक्त ने जिहड़ा इजाजत नहीं दे रहा, तुसीं अपना पूरा ख्याल रखना दर्शकों, किसी अवेसलेपण होण दी अवेसले होण दी जरूरत नहीं है। मैनू गुरलाल नूं दिओ इजाजत, मेरे वल्लों तुहानूं सारिआं नूं प्यार भरी सति श्री अकाल, नमस्कार, आदाब ते शब्बा खैर।